ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਦਾਲਪੁਰਖ ਵਾਹਿਗੁਰੂ ਜੀ ਦੇ ਆਗਿਆਕਾਰੀ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਿਆਕਾਰੀ ਸਪੁੱਤਰ ਸਨ ਉਹਨਾਂ ਨੇ ਆਪਣੇ ਬਾਰੇ ਦੱਸਿਆ ਉਸ ਸਮੇਂ ਬਾਦ ਸਿੰਘ ਜਦੋਂ ਵਿਹਲੇ ਹੋਏ ਤੇ ਪੁੱਛਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ ਜੀ ਤੁਹਾਡਾ ਆਉਣਾ ਸੰਸਾਰ ਤੇ ਕਿਵੇਂ ਹੋਇਆ ਤੇ ਦਸਵੇਂ ਪਾਤਸ਼ਾਹ ਜੀ ਦੱਸਣ ਲੱਗੇ ਕਹਿੰਦੇ ਸਾਡਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ ਸਾਡੀ ਜਿਹੜੀ ਸੁਰਤੀ ਸੀ ਉਹ ਮਾਲਕ ਦੇ ਚਰਨਾਂ ਦੇ ਵਿੱਚ ਝੂਵੀ ਹੋਈ ਸੀ ਤੇ ਮਾਲਕ ਦੇ ਚਰਨ ਕਿਹੜੇ ਨੇ ਅਨਹਦ ਸ਼ਬਦ ਕਿਹੜੇ ਆ ਜੀ ਅਨਹਦੇ ਸ਼ਬਦਾਂ ਦੇ ਨਾਲ ਸੁਰਤੀ ਚੋ ਵੀ ਹੋਈ ਸੀ ਤੇ ਚੇਤਨੀ ਸੀ ਕਰਦਾ ਉਹਨੂੰ ਤੇ ਫਿਰ ਹੁਕਮ ਹੋਇਆ ਵੀ ਤੁਸੀਂ ਸਾਡੇ ਆਗਿਆਕਾਰੀ ਪੁੱਤ ਹੋ ਆਪਾਂ ਸਾਰੇ ਹੀ ਮੰਨ ਤੌਰ ਤੇ ਅਕਾਲ ਪੁਰਖ ਦੇ ਬੱਚੇ ਹਾਂ ਨਿਰੰਕਾਰ ਦੇ ਬੱਚੇ ਹਾਂ ਤੇ ਮਾਲ ਕਹਿਣ ਲੱਗੇ ਕਿ ਮੇਰੇ ਬੱਚੇ ਗਏ ਇੱਥੋਂ ਮੇਰੇ ਕੋਲੋਂ ਵਾਪਸ ਨਹੀਂ ਕੋਈ ਆਇਆ ਜਿਹੜੇ ਵਾਪਸ ਨਹੀਂ ਆਏ ਉਹਨਾਂ ਨੂੰ ਭੁੱਲੜ ਬੱਚੇ ਗਿਆ ਗਿਆ ਕੀ ਕਹਿਆ ਗਿਆ ਜੀ ਭੁੱਲੜ ਵੀ ਤੁਸੀਂ ਜਾਓ ਸੰਸਾਰ ਦੇ ਉੱਤੇ ਤੇ ਮੇਰੇ ਭੁੱਲੜ ਬੱਚਿਆਂ ਨੂੰ ਸਮਝਾਓ ਭੁੱਲੇ ਹੋਏ ਬੱਚਿਆਂ ਨੂੰ ਸਮਝਾਓ ਕਿ ਤੁਹਾਡਾ ਪਿਤਾ ਤੁਹਾਨੂੰ ਉਡੀਕਦਾ ਹੈ ਕਰਿ ਆਓ ਜਿਹੜਾ ਮਨ ਦਾ ਕਰ ਹੈ ਉਹ ਹੈ ਥਿਰ ਕਰ ਦਸਮਾ ਦਵਾਰ ਨਿਜ ਮਹਿਲ ਇੱਕੋ ਹੀ ਗੱਲ ਹੈ ਇਹ ਉੱਥੇ ਤੁਹਾਨੂੰ ਡਿਕ ਰਿਹਾ ਹੈ ਵੀ ਤੁਸੀਂ ਵਾਪਸ ਆਓ। ਲੇਕਿਨ ਇਹਨਾਂ ਭੁੱਲ ਕੇ ਇਹਨਾਂ ਮਾਇਆ ਦਾ ਜੋਰ ਪੈ ਗਿਆ ਕਿ ਮਨ ਵਾਪਸ ਕਰੇ ਨਹੀਂ ਗਿਆ। ਇਸ ਤਨ ਦੇ ਘਰ ਨੇ ਜਿਹੜੇ ਉਹ ਜਿਹੜੇ ਆਪਾਂ ਕੋਠੀਆਂ ਬਣਾਉਨੇ ਆ ਇਟਾਂ ਰੋੜਿਆਂ ਦੇ ਚਣ ਕੇ ਉਹ ਆ ਉਹ ਤਨ ਦੇ ਘਰ ਨੇ ਮਨ ਦਾ ਘਰ ਇੱਥੇ ਨਹੀਂ ਹੈ। ਮਨ ਦਾ ਘਰ ਇੱਥੇ ਹੈ। ਮਨ ਦਾ ਘਰ ਕਿੱਥੇ ਹੈ ਜੀ? ਇਸ ਜਗ੍ਹਾ ਦੇ। ਇਹ ਉਹ ਦਿਸਦਾਨੀ ਉਹ ਸੁਖਮ ਹੈ ਕਿਉਂਕਿ ਮਨ ਵੀ ਸੁਖਮ ਹੈ ਤੇ ਉਹਦਾ ਘਰ ਵੀ ਸੁਖਮ ਹੈ ਤੇ ਮਾਲਕ ਵੀ ਆਵਾਜ਼ ਮਾਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਸਾਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਾ ਕੇ ਗਏ ਤੇ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਮਾਲਕ ਕਿਵੇਂ ਆਵਾਜ਼ ਮਾਰਦਾ ਆਪਦੇ ਮਨ ਬੱਚੇ ਨੂੰ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਜਿਸ ਨੂੰ ਫਿਰ ਦੁਬਾਰਾ ਕਿਹਾ ਗਿਆ ਥਿਰ ਕੇ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਸ ਜਿੱਥੇ ਆਉਣ ਤੇ ਸਾਨੂੰ ਸੁੱਖ ਮਿਲਣਾ ਹੈ ਦੁਬਾਰਾ ਜੁਨਾ ਚ ਨਹੀਂ ਆਉਣਾ ਪਏਗਾ ਢੀੜਾ ਨਹੀਂ ਮਾਰਨਾ ਪਏਗਾ ਫਿਰ ਇਸੇ ਨੂੰ ਨਿੱਜ ਘਰ ਮਹਿਲ ਗਿਆ ਨਿੱਜ ਘਰ ਮਹਿਲ ਪਾਵੋ ਸੁੱਖ ਸਾਈ ਤੇ ਬਾਹਰ ਨ ਹੋਏਗੋ ਫੇਰਾ ਤੇ ਹੁਣ ਜਦੋਂ ਇੱਥੇ ਆਪਾਂ ਆਉਂਦੇ ਹਾਂ ਤੇ ਸਾਨੂੰ ਇੱਥੇ ਜਿਹੜੇ ਵਿਰੋਧੀ ਹੁੰਦੇ ਨੇ ਉਹ ਤੰਗ ਕਰਦੇ ਨੇ اپੋਜੀਸ਼ਨ ਵਾਲੇ ਵਿਪੱਖਸ਼ ਵਾਲੇ ਇੱਥੇ ਸਾਡੇ ਮਨ ਦਾ ਵਿਰੋਧੀ ਕੌਣ ਹੈ ਉਹ ਹੈ ਕਾਲ ਕੌਣ ਹੈ ਜੀ ਕਾਲ ਤੇ ਕਾਲ ਨੇ ਆਪਦੇ ਸਰਦਾਰ ਪਾਲੇ ਹੋਏ ਨੇ ਉਹਨੇ ਕਾਮ ਕਰੋ ਲੋਮੋ ਹੰਕਾਰ ਉਹਨਾਂ ਦੇ ਰਹੀਂ ਕਾਲ ਫਿਰ ਸਾਨੂੰ ਇੱਥੇ ਦੁਖੀ ਕਰਦਾ ਹੈ ਕਿਵੇਂ ਦੁੱਖ ਦਿੰਦਾ ਹੈ ਕੋਈ ਨਾ ਕੋਈ ਟੈਨਸ਼ਨ ਪਾ ਦਿੰਦਾ ਹੈ ਕੋਈ ਨਾ ਕੋਈ ਟੈਨਸ਼ਨ ਪਾ ਦਿੰਦਾ ਹੈ ਪੈਸਿਆਂ ਦੀ ਕਮੀ ਆ ਗਈ ਹਾਂਜੀ ਤੇ ਨੌਕਰੀ ਨਾ ਮਿਲੀ ਸਰੀਰ ਨੂੰ ਕੋਈ ਪ੍ਰੋਬਲਮ ਆ ਗਈ ਘਰ 'ਚ ਕਲੇਸ਼ ਪੈ ਗਿਆ ਤੇ ਕੀ ਹੋ ਗਈ ਟੈਨਸ਼ਨ ਹੋ ਗਈ ਤੇ ਉਹ ਟੈਨਸ਼ਨ ਪਾਉਂਦਾ ਵੀ ਇਹ ਫਿਕਰਾਂ ਦੇ ਵਿੱਚ ਰਹੇ ਇਸ ਲਈ ਇਹਨੂੰ ਮਾਲਕ ਦੀ ਯਾਦ ਨਾ ਆਵੇ ਇਹਨੂੰ ਮਾਲਕ ਦੇ ਘਰ ਦਾ ਰਸਤਾ ਨਾ ਪਤਾ ਲੱਗ ਜੇ ਇਸ ਕਰਕੇ ਉਹ ਚਾਹੁੰਦਾ ਹੈ ਕਿ ਜਿਹੜਾ ਇਸ ਸੰਸਾਰ ਦਾ ਖੇਡ ਹੈ ਆਵਣ ਜਾਣ ਇੱਕ ਖੇਲ ਬਣਾਇਆ ਕਾਲ ਚਾਹੁੰਦਾ ਹੈ ਕਿ ਖੇਡ ਜਿੱਤ ਕੇ ਮੈਂ ਜਾਵਾਂ ਤੇ ਮਨ ਨੂੰ ਪਤਾ ਹੀ ਨਹੀਂ ਵੀ ਕੋਈ ਖੇਡ ਵੀ ਬਣਿਆ ਹੋਇਆ ਹੈ ਜਿਹਨੂੰ ਆਪਾਂ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਕਰਤੇ ਖੇਲ ਰਚਾਇਆ ਪਰ ਇਹ ਵੀ ਦੱਸਿਆ ਕਿ ਇਹ ਜਿਹੜਾ ਖੇਡ ਹੈ ਦਿਨ ਤੇ ਰਾਤ ਦਾ ਹੈ ਦਿਵਸ ਰਾਤ ਦੁਇਦਾਈ ਦਾਇ ਖਿਲੇ ਸਗਲ ਜਗਤ ਸਵੇਰੇ ਜਦੋਂ ਉੱਠਦੇ ਆਂ ਸਰੀਰ ਵਿੱਚ ਮਨ ਆਉਂਦਾ ਹੈ ਨੇਤਰਾਂ ਦੇ ਵਿੱਚ ਉਦੋਂ ਸੰਸਾਰ ਦਾ ਖੇਡ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਸੌਂ ਜਾਂਦੇ ਆਂ ਆਪਾਂ ਉਦੋਂ ਉਧਰਲਾ ਖੇਡ ਚਲ ਰਿਹਾ ਜਾਂਦਾ ਹੈ ਸੂਖਮ ਦਾ ਖੇਡ ਚਲ ਰਿਹਾ ਜਾਂਦਾ ਹੈ ਇਹ ਦਿਨ ਤੇ ਰਾਤ ਦਾ ਖੇਡ ਹੈ ਆਪਾਂ ਨੂੰ ਇਸ ਖੇਡ ਦਾ ਵੀ ਨਹੀਂ ਸੀ ਪਤਾ ਤੇ ਜਦੋਂ ਅਸੀਂ ਫਿਕਰਾਂ ਵਿੱਚ ਜਾਂਦੇ ਆਂ ਟੈਨਸ਼ਨਾਂ ਵਿੱਚ ਜਾਂਦੇ ਆਂ ਉਦੋਂ ਸਾਡਾ ਵੱਡਾ ਨੁਕਸਾਨ ਕੀ ਹੁੰਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਸਵਾਸਾਂ ਦਾ ਕਿਹਦਾ ਹੁੰਦਾ ਜੀ ਸਵਾਸਾਂ ਰੂਪੀ ਪੂੰਜੀ ਅੱਧਾ-ਅੱਧਾ ਘੰਟਾ ਘੰਟਾ-ਘੰਟਾ ਸੀ ਚੁਗਲੀ ਨਿੰਦਿਆ ਕਰਦੇ ਆਂ ਕਿਸੇ ਦੀ ਉਹ ਸਾਡਾ ਨੁਕਸਾਨ ਆ ਕਿੰਨੇ ਸਾਹ ਚੱਲੇ ਗਏ ਵੈਗਰੂ ਤੇ ਸਵਾਸਾਂ ਦਾ ਹਿਸਾਬ ਲੈਣਾ ਮਾਲਕ ਨੇ ਇੱਥੋਂ ਹੋਰ ਕਿਸੇ ਚੀਜ਼ ਦਾ ਹਿਸਾਬ ਨਹੀਂ ਲੈਣਾ ਉਹਨੇ ਕਿਹਾ ਪੁੱਤ ਜਿਹੜਾ ਮੈਂ ਤੈਨੂੰ ਦਰਗਾਹ ਦੇ ਵਿੱਚੋਂ ਪੈਸੇ ਦਿੱਤੇ ਸੀ ਤੰਨ ਦਿੱਤਾ ਸੀ ਨਾਮ ਸਵਾਸਨ ਰੂਪੀ ਤੰਨ ਉਹਦਾ ਸਾਹਬ ਦੇ ਉਹ ਬੜੀ ਬਰੀਕੀ ਚ ਘੜੀ ਮੋਹਲ ਤਕਾ ਲੇਖਾ ਲੇਵੇ ਰਤੀਓ ਮਾਸਾ ਤੋਲ ਕਢਾਵਨਾ ਰਤੀਓ ਮਾਸਾ ਐਨੀ ਬਰੀਕੀ ਚ ਤੇ ਹੁਣ ਗੁਰਮੋ ਪਿਆਰਿਓ ਇਹ ਜਿਹੜਾ ਖੇਡ ਬਣਿਆ ਸੀ ਸਾਨੂੰ ਖੇਡਦਾ ਵੀ ਨਹੀਂ ਪਤਾ ਲੱਗਿਆ ਵੀ ਕੋਈ ਖੇਡ ਚੱਲਦਾ ਕਿਸੇ ਚੀਜ਼ ਦਾ ਨਹੀਂ ਸੀ ਪਤਾ ਆਪਣਾ ਸਿਰਫ ਇਨਾ ਪਤਾ ਸੀ ਵੀ ਮਾਪਿਓ ਕਹਿੰਦੇ ਸੀ ਪੁੱਤ ਗੁਰਦੁਾਰੇ ਜਾਇਆ ਕਰੋ ਠੀਕ ਹੈ ਪੁੱਤ ਪਾਠ ਕਰਿਆ ਕਰੋ ਤੇ ਆਪਾਂ ਗੁਰਦਾਰੇ ਵੀ ਜਾਂਦੇ ਰਹੇ ਤੇ ਪਾਠ ਵੀ ਕਰਦੇ ਰਹੇ ਕੋਈ ਜਪਜੀ ਸਾਹਿਬ ਕਰਦਾ ਸੀ ਕੋਈ ਪੰਜ ਪੌੜੀਆਂ ਕਰਦਾ ਸੀ ਕੋਈ ਪੰਜ ਬਾਣੀਆਂ ਦਾ ਪਾਠ ਕਰਦਾ ਸੀ ਕੋਈ ਸੁਖਨੀ ਸਾਹਿਬ ਕਰਦਾ ਸੀ ਲੇਕਿਨ ਜੋ ਬਾਣੀ ਦੇ ਵਿੱਚ ਦੱਸਿਆ ਗਿਆ ਸੀ ਉਹਦੀ ਸਮਝ ਨਹੀਂ ਆਈ ਤੇ ਬਾਣੀ ਗੁਰੂ ਨੂੰ ਜੇ ਅਸੀਂ ਸਮਝਿਆ ਵੀ ਤੇ ਬਾਰਮੁਖੀ ਸਮਝਿਆ ਦੁਨਿਆਵੀ ਪੈਸੇ ਬੜੇ ਜਮ੍ਹਾਂ ਕਰਾਏ ਕੰਮ ਕਰ ਕਰਕੇ ਲੁੱਟਾਂ ਖੋਹਾਂ ਕਰਕੇ ਕਬਜ਼ੇ ਕਰਕੇ ਕਿਸੇ ਦਾ ਹੱਕ ਮਾਰ ਕੇ ਲੇਕਿਨ ਸਵਾਸਾਂ ਰੂਪੀ ਪੈਸੇ ਨਹੀਂ ਜਮ੍ਹਾਂ ਕਰਾਏ ਦੁਨਿਆਵੀ ਪੈਸੇ ਠੱਗੀਆਂ ਠੋਰੀਆਂ ਕਰਕੇ ਬੈਂਕਾਂ ਭਰ ਦਿੱਤੀਆਂ ਲੇਕਿਨ ਸਵਾਸਾਂ ਰੂਪੀ ਪੂੰਜੀ ਜਮ੍ਹਾਂ ਨਹੀਂ ਕਰਾਈ ਕਿਉਂਕਿ ਗਿਆਨੀ ਨਹੀਂ ਰਿਹਾ ਉਹ ਖੇਡ ਨੂੰ ਭੁੱਲ ਗਏ ਤੇ ਹੁਣ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਪਹਿਲਾ ਕੌਣ ਆਇਆ ਜੀ ਉਦੋਂ ਪਹਿਲਾ ਸਟਾਰਟਿੰਗ ਦੇ ਵਿੱਚ ਸੱਤ ਦੇਵੀਆਂ ਆਈਆਂ ਉਹਨਾਂ ਦੇਵੀਆਂ ਨੂੰ ਦੇਵੀ ਔਰਤ ਨੂੰ ਕਹਿੰਦੇ ਆ ਜੀ ਦੇਵੀ ਕਿਹਨੂੰ ਕਹਿੰਦੇ ਆ ਔਰਤ ਨੂੰ ਜਿਹੜੀ ਔਰਤ ਸਤੋਗੁਣੀ ਹੈ ਜਸਤ ਵਿੱਚ ਹੈ ਉਹਨੂੰ ਦੇਵੀ ਕਹਿੰਦੇ ਜੀ ਉਹ ਔਰਤਾਂ ਨੂੰ ਜਨਾਇਆ ਮਾਲਕ ਨੇ ਆਪਣਾ ਬਣ ਉਹਨਾਂ ਬੀਬੀਆਂ ਨੇ ਉਹਨਾਂ ਦੇਵੀਆਂ ਨੇ ਮਾਲਕ ਦਾ ਪ੍ਰਚਾਰ ਕੀਤਾ ਤੇ ਜਦੋਂ ਉਹ ਇੱਥੋਂ ਸੰਸਾਰ ਤੋਂ ਗਈਆਂ ਉਹਨਾਂ ਦੀ ਜੋਤ ਵਿੱਚ ਜੋਤ ਰਲੀ ਤੇ ਲੋਕਾਂ ਨੇ ਜਿਹੜੀ ਉਸ ਸੰਗਤ ਜੁੜੀ ਸੀ ਕੋਸ਼ਿਸ਼ ਕੇ ਸਮਝ ਗਏ ਬਹੁ ਗਿਣਤੀ ਫਿਰ ਵੀ ਉਹ ਦੇਵੀਆਂ ਨੂੰ ਪੂਜਣ ਲੱਗੇ ਲੇਕਿਨ ਮਾਲਕ ਨੂੰ ਛੱਡ ਗਏ ਫਿਰ ਮਾਲਕ ਨੇ ਦੇਖਿਆ ਕਿ ਪੂਰੀ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਭੇਜਿਆ ਉਹਨਾਂ ਨੂੰ ਆ ਰਾਮਚੰਦਰ ਜੀ ਨੂੰ ਰਾਮਚੰਦਰ ਜੀ ਆਏ ਪ੍ਰਚਾਰ ਕੀਤਾ ਉਹਨਾਂ ਨਾਂ ਸਮਾਂ ਰਲਿਆ ਜਿੰਨਾ ਚਾਹੀਦਾ ਸੀ ਉਹ ਵੀ ਜਦੋਂ ਜੋਤ ਵਿੱਚ ਜੋਤ ਸਮਾ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਭੇਜਿਆ ਇਹ ਰਾਜ ਘਰਾਣੇ ਵਿੱਚ ਭੇਜੇ ਕਿੱਥੇ ਭੇਜੇ ਜੀ ਤਗੜੇ ਘਰ ਵਿੱਚ ਭੇਜੇ ਇਹਨਾਂ ਨੂੰ ਪ੍ਰਚਾਰ ਦੇ ਵਿੱਚ ਸਾਧਨ ਦੇ ਲਈ ਪੈਸਾ ਖੁੱਲਾ ਹੋਵੇ ਉਦੋਂ ਸਾਧਨ ਘੋੜੇ ਹੁੰਦੇ ਸੀ ਜਿਵੇਂ ਅੱਜ ਕੱਲ੍ਹ ਵੀ ਪ੍ਰਚਾਰ ਦੇ ਲਈ ਆਪਣੇ ਕੋਲੇ ਗੱਡੀ ਹੈ ਤੇ ਅਪੋਇੰਟਮੈਂਟਾਂ 'ਚ ਕਿੱਥੋਂ ਦੀ ਕਿੱਥੋਂ ਜਾਇਆਉਨੇ ਫਿਰ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਭੇਜਿਆ ਇਹ ਅਵਤਾਰ ਆਇਆ ਕ੍ਰਿਸ਼ਨ ਜੀ ਨੇ ਵੀ ਜਿੰਨਾ ਸਮਾਂ ਮਾਲਕ ਵੱਲੋਂ ਮਿਲਿਆ ਕੁਝ ਸਮਾਂ ਪ੍ਰਚਾਰ 'ਚ ਲੱਗਾ ਕੁਝ ਨਹੀਂ ਲੱਗਾ ਜੰਗਾਂ-ਜੁੱਧਾਂ ਦੇ ਵਿੱਚ ਚਲਾ ਗਿਆ ਫੈਸਲਿਆਂ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਉਹ ਜੋਤ ਵਿੱਚ ਜੋਤ ਚਲੀ ਉਸ ਤੋਂ ਬਾਅਦ ਮਾਲਕ ਨੇ ਦੇਖਿਆ ਵੀ ਇਹ ਅਮੀਰ ਘਰਾਂ ਦੇ ਵਿੱਚ ਰਾਜਕਰਾਨਿਆਂ ਦੇ ਵਿੱਚ ਜਨਮ ਦਿੱਤਾ ਸੀ ਕਿਉਂ ਨਾ ਹੁਣ ਗਰੀਬਾਂ ਦਾ ਵੇਖਿਆ ਜਾਵੇ ਗਰੀਬਾਂ ਨੂੰ ਜਨਾਇਆ ਜਾਣਾ ਉਹਨਾਂ ਨੇ ਫਿਰ ਗਰੀਬਾਂ ਨੂੰ ਜਨਾਇਆ ਬਾਬਾ ਕਬੀਰ ਜੀ ਖੱਡੀ ਦਾ ਕੰਮ ਨਾਮਦੇਵ ਜੀ ਸਲਾਈ ਦਾ ਕੰਮ ਕਰਦੇ ਸੀ ਧੰਨਾ ਜੀ ਖੇਤੀ ਕਰਦੇ ਸੀ ਰੋਜ਼ ਕਮਾਉਣ ਵਾਲਾ ਕੰਮ ਸੀ ਰੋਜ਼ ਖਾਣਾ ਰੋਜ਼ ਕਮਾਉਣਾ ਰੋਜ਼ ਖਾਣਾ ਤੇ ਹੋਰ ਭਗਤ ਇੱਕ ਪੀਪਾ ਭਗਤ ਜੀ ਉਹ ਰਾਜੀ ਹੋਏ ਬਾਕੀ ਸਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਲੇਕਿਨ ਇਹ ਗਰੀਬ ਹੋਣ ਕਰਕੇ ਸਰਕਾਰੇ ਦਰਬਾਰੇ ਇਹਨਾਂ ਦੀ ਪਹੁੰਚ ਨਹੀਂ ਸੀ ਤਾਂ ਜਿਹੜੇ ਪਹਿਲਾਂ ਦੇ ਮੰਦਰਾਂ ਦੇ ਤੇ ਮਸੀਤਾਂ ਦੇ ਪੁਜਾਰੀ ਸੀ ਉਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਸੀ ਤੇ ਉਹਨਾਂ ਨੇ ਜਾ ਕੇ ਇਹਨਾਂ ਦੀਆਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਤਾਂ ਐ ਕਰਦੇ ਆ ਜੀ ਉਹ ਐ ਕਰਦੇ ਤੇ ਇਹਨਾਂ ਨੂੰ ਫੇਰ ਸਜ਼ਾਵਾਂ ਦਿੱਤੀਆਂ ਮੌਕੇ ਦੀ ਹਕੂਮਤ ਨੇ ਬਾਬਾ ਕਬੀਰ ਜੀ ਨੂੰ ਜਿਉਂਦਿਆਂ ਨੂੰ ਚਿਖਾ ਦੇ ਵਿੱਚ ਚਿੰਨ ਦਿੱਤਾ ਗਿਆ ਜਿਉਂਦਿਆਂ ਇੱਕ ਥਮਲਾ ਬਣਾ ਕੇ ਆਸੇ-ਪਾਸੇ ਲੱਕੜਾਂ ਚਣ ਦਿੱਤੀਆਂ ਥਮਲੇ ਦੇ ਨਾਲ ਇਹਨਾਂ ਨੂੰ ਬੰਨਤਾ ਤੇ ਅੱਗ ਲਾ ਦਿੱਤੀ ਖਾਨੂ ਇਹ ਗੁਰਬਾਣੀ ਵਿੱਚ ਲਿਖਿਆ ਫਿਰ ਜਦੋਂ ਨਹੀਂ ਸਾਡੇ ਅਗਲੇ ਦਿਨ ਜਦੋਂ ਉੱਠੇ ਉਹ ਫਿਰ ਆਪਦਾ ਸਿਮਰਨ ਜਾਰੀ ਸੀ ਉਹਨਾਂ ਦਾ ਫਿਰ ਉਹਨਾਂ ਨੂੰ ਕਹਿੰਦੇ ਤੁਸੀਂ ਜਲ ਪ੍ਰਵਾਹ ਕਰਦੇ ਹੋ ਨੇ ਇਹਨਾਂ ਦੇ ਫੁੱਲ ਹਸੀਆਂ ਵੀ ਆਪਾਂ ਇਹਨਾਂ ਨੂੰ ਜਿਉਂਦਿਆਂ ਨੂੰ ਹੀ ਜਲ ਪ੍ਰਵਾਹ ਕਰ ਦਿੰਨੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਭਾਰੇ ਪੱਥਰ ਬੰਨ ਕੇ ਡੂੰਘੇ ਬਾਣੀ ਚ ਸਿਰ ਦਿੱਤਾ ਗਿਆ। ਉੱਥੇ ਵੀ ਨਹੀਂ ਡੁੱਬੇ। ਹਾਂਜੀ। ਬਾਹਰ ਆ ਗਏ। ਉਹਨਾਂ ਸਿੱਟਣ ਵਾਲਿਆਂ ਤੋਂ ਪਹਿਲਾਂ ਬਾਹਰ ਆ ਗਏ। ਇਹ ਵੀ ਇੱਕ ਕਲਾ ਹੈ। ਤਤਾਂ ਜਿਦਾ ਤਤ ਖਲਾਰ ਦੇਣੇ ਤੇ ਬੀੜੀਆਂ ਨਹੀਂ ਰਹਿੰਦੀਆਂ। ਖੁੱਲ ਜਾਂਦਾ ਸਰੀਰ ਬਾਹਰ ਨਿਕਲ ਜਾਂਦਾ। ਬਾਹਰ ਆ ਕੇ ਫੇਰ ਇਕੱਠੇ ਕਰ ਲਈ। ਇੰਨੀ ਮਿਹਨਤ ਸੀ ਉਹਨਾਂ ਦੀ ਬਾਬਾ ਜੀ ਦੀ। ਉਸ ਤੋਂ ਬਾਅਦ ਕੀ ਹੋਇਆ? ਕਿ ਜਦੋਂ ਸਜਾਵਾਂ ਦੇਣ ਲੱਗੇ ਮਾਲਕ ਨੇ ਦੇਖਿਆ। ਨਾਮਦੇਵ ਜੀ ਨੂੰ ਹਾਥੀ ਅੱਗੇ ਸਿੱਟਿਆ ਗਿਆ। ਵੀ ਗਊ ਜਿੰਦਾ ਕਰ ਦੇ। ਹਾਂਜੀ। ਇਸ ਤਰ੍ਹਾਂ ਦਾ ਜ਼ੁਲਮ ਵੀ ਸਿਹਾ। ਉਸ ਤੋਂ ਬਾਅਦ ਮਾਲਕ ਨੇ ਦੇਖਿਆ ਵੀ ਗੱਲ ਨਹੀਂ ਬਣੀ। ਚਲੋ ਇਸ ਤਰ੍ਹਾਂ ਕੀਤਾ ਪ੍ਰਚਾਰ ਬਹੁਤ ਉਹਨਾਂ ਨੇ। ਬਹੁਤ ਉਹਨਾਂ ਭਾਵੇਂ ਗਰੀਬੀ ਸੀ ਤੇ ਬਿਲਕੁਲ ਪ੍ਰਚਾਰ ਬਹੁਤ ਕੀਤਾ। ਉਸ ਤੋਂ ਬਾਅਦ ਮਾਲਕ ਨੇ ਦੇਖਿਆ ਵੀ ਵੀ ਪੂਰੇ ਸਤਗੁਰੂ ਭੇਦ ਕੇ ਦੇ। ਤੇ ਪੂਰੇ ਸਤਿਗੁਰ ਕੌਣ ਸੀ ਗੁਰੂ ਨਾਨਕ ਦੇਵ ਜੀ ਕੌਣ ਸੀ ਸਾਡੇ ਮਨਾਂ ਦਾ ਜਨਮ ਪੰਜਾਂ ਤਤਾਂ ਤੋਂ ਕਰਾਉਂਦਾ ਮਾਲਕ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਪੰਜ ਤਤ ਕਿਹੜੇ ਨੇ ਪਾਉਣ ਪਾਣੀ ਅੱਗ ਮਿੱਟੀ ਆਕਾਸ਼ ਤੇ ਗੁਰੂ ਨਾਨਕ ਦੇਵ ਜੀ ਦੇ ਮਨ ਦਾ ਜਨਮ ਪੰਜਾਂ ਤਤਾਂ ਤੋਂ ਨਹੀਂ ਕਰਾਇਆ ਕਿੱਥੋਂ ਕਰਾਇਆ ਨਾਮ ਚ ਕਰਾਇਆ ਸਿੱਧਾ ਡਾਇਰੈਕਟ ਮਾਲਕ ਦੇ ਮੁਖ ਦੀ ਆਵਾਜ਼ ਨੂੰ ਨਾਮ ਕਹਿੰਦੇ ਆ ਸਿੱਧੇ ਹੀ ਆਏ ਮਾਲਕ ਰੂਪ ਆਏ ਤੇ ਉਹਨਾਂ ਨੂੰ ਸਤਿਗੁਰ <th> ਭੇਜਿਆ ਤੇ ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਤਿਗੁਰ <th> ਭੇਜਦੇ ਨੇ ਉਹਨਾਂ ਦਾ ਦੁਨੀਆ ਤੇ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਮਹਾਰਾਜੀ ਬਾਣੀ ਚ ਲਿਖਿਆ ਜਿਨ ਕੋ ਸਤਿਗੁਰ <th> ਪਿਆ ਤਿੰ ਮੇਟ ਨਾ ਸਕੇ ਕੋਈ ਉਹਨਾਂ ਅੰਤਰ ਨਾਮ ਨਿਧਾਨ ਹੈ ਉਹਨਾਂ ਦੇ ਅੰਦਰ ਕੀ ਹੁੰਦਾ ਨਾਮ ਦਾ ਖਜ਼ਾਨਾ ਨਿਧਾਨ ਉਹਨਾ ਅੰਤਰਨਾਮ ਨਿਧਾਨ ਹੈ ਨਾਮੋਂ ਪ੍ਰਗਟ ਹੋਏ ਉਹ ਨਾਮ ਤੋਂ ਪ੍ਰਗਟ ਹੁੰਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਦੂਰ ਅੰਦੇਸ਼ੀ ਦੇ ਨਾਲ ਸੋਚਿਆ ਕਿ ਇਹ ਪ੍ਰਚਾਰ ਜੀ ਹੁਣ ਇੱਥੇ ਰੁਕ ਗਿਆ ਅੱਗੇ ਲੋਕ ਭੁੱਲ ਗਏ ਦੇਵੀਆਂ ਤੋਂ ਬਾਅਦ ਭੁੱਲ ਗਏ ਰਾਮਚੰਦਰ ਕ੍ਰਿਸ਼ਨ ਜੀ ਤੋਂ ਬਾਅਦ ਭੁੱਲ ਗਏ ਹੈਨਾ ਭਗਤਾਂ ਤੋਂ ਬਾਅਦ ਫਿਰ ਉਹੀ ਮੂਰਤੀ ਪੂਜਾ ਉਹੀ ਸਾਰਾ ਵਹਿਮ ਭਰਮ ਦੇ ਵਿੱਚ ਪੈ ਗਏ ਚਾਲੀਏ ਕਢਣ ਲੱਗੇ ਆ ਹੋਮ ਜਗ ਕਰਨ ਲੱਗੇ ਵੀ ਅਸਲੀ ਮਾਲਕ ਦਾ ਪ੍ਰਚਾਰ ਨਹੀਂ ਕਰਦੇ ਮਰਿਆਂ ਨੂੰ ਪੂਜਣ ਲੱਗੇ ਪਸ਼ੂਆਂ ਨੂੰ ਪੂਜਣ ਲੱਗੇ ਬੁੱਤਾਂ ਨੂੰ ਪੂਜਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਵੀ ਇੱਥੇ ਨਾ ਰੁਕੇ ਇਹ ਪ੍ਰਚਾਰ ਵੀ ਇਸ ਪ੍ਰਚਾਰ ਨੂੰ ਲੰਬਾ ਲਜਾਇਆ ਜਾਏ ਲੰਬਾ 10 ਜਾਮਿਆਂ ਤੱਕ ਉਹਨਾਂ ਨੇ ਸੋਚਿਆ ਵੀ ਲਜਾਇਆ ਜਾਏ ਵੈਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾ ਰਹੇ ਨੇ ਤਾਂ ਫਿਰ ਕਿੰਨਾਂ ਨੂੰ ਜਨਾ ਕੇ ਪਹਿਲਾਂ ਭਾਈ ਲੈਣਾ ਜੀ ਨੂੰ ਕਿੰਨਾਂ ਨੂੰ ਜੀ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਦੂਜੇ ਪਾਤਸ਼ਾਹ ਤੇ ਉਹਨਾਂ ਨੂੰ ਕਿਹੜਾ ਗਿਆਨ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਆਕਾਥ ਕਥਾ ਦਾ ਕਿਹੜਾ ਗਿਆਨ ਦਿੱਤਾ ਸੀ ਮਾਰਾ ਗੁਰਬਾਣੀ ਦਾ ਦੱਸਦੇ ਨੇ ਕਹਿੰਦੇ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਅਕਾਥ ਕਹਾਣੀ ਪ੍ਰੇਮ ਕੀ ਪ੍ਰੇਮ ਦੀ ਕਹਾਣੀ ਇਹ ਅਕਾਥ ਕਹਾਣੀ ਤੇ ਪ੍ਰੇਮ ਦੇ ਵਿੱਚ ਕਦੀ ਵੀ ਜਿਹੜੀ ਸਾਡੀ ਨਿਗਾਹ ਹੈ ਇਹ ਗੁੱਸੇ ਵਾਲੀ ਨਹੀਂ ਬਣਦੀ ਤੇ ਨੱਕ ਵੀ ਨਹੀਂ ਫੁੱਲਦਾ ਗੁੱਸੇ ਦੇ ਵਿੱਚ ਨੱਕ ਵੀ ਫੁੱਲਦਾ ਤੇ ਅੱਖਾਂ 'ਚ ਕਰੋਧ ਵੀ ਆਉਂਦਾ ਇਹ ਬੜੇ ਸਹਿਜ ਦੇ ਨਾਲ ਹੁੰਦੀ ਹੈ ਬੜੀ ਹੀ ਨਿਮਰਤਾ ਦੇ ਨਾਲ ਅਗਤ ਕਾਣੀ ਦੇ ਕਿਉਂਕਿ ਪਿਆਰ ਦੀ ਕਹਾਣੀ ਹੈ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਲੋਕਾਂ ਨੇ ਪਛਾਣਿਆ ਨਹੀਂ ਇੱਕ ਆਮ ਇਨਸਾਨ ਸਮਝਿਆ ਇੱਕ ਉਹ ਆਪਣੇ ਵਰਗੇ ਸੀ ਦੇਖਣ 'ਚ ਤੇ ਆਮ ਹੀ ਇਨਸਾਨ ਸਮਝਿਆ ਆਮ ਇਨਸਾਨ ਸਮਿਧ ਹੋਇਆ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਉੱਥੇ ਪੀਸਨੇ ਪੀਸਨੇ ਪਏ ਠੀਕ ਹੈ ਜੀ ਉਹਨਾਂ ਨੂੰ ਵੀ ਅਗਿਆਨਤਾ ਵਸ ਲੋਕਾਂ ਨੇ ਭੂਤਨਾ ਕਿਹਾ ਕਰਾਈਆ ਕਿਹਾ ਹਨ ਬਤਾਲਾ ਕਿਹਾ ਉਸ ਤੋਂ ਬਾਅਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਪ੍ਰਚਾਰ ਕੀਤਾ ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਫਿਰ ਗੁਰੂ ਰਾਮਦਾਸ ਜੀ ਫਿਰ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਲਣੇ ਮਜਬੂਰ ਕਰਤਾ ਇਹ ਜੇ ਲੋਕਾਂ ਨੇ ਜਿਹੜੇ ਕਾਲ ਬਸ ਸੀਗੇ ਜਿਹੜੇ ਇਹਨਾਂ ਦੇ ਪੰਜਾਂ ਦੇ ਬਸ ਸੀਗੇ ਆਪਾਂ ਇਹਨਾਂ ਪੰਜਾਂ ਨੂੰ ਆਪਣੇ ਬਸ ਕਰਨਾ ਨਾ ਕਿ ਇਹਨਾਂ ਦੇ ਬਸ ਚੱਲਣਾ ਗੱਲ ਸਮਝ ਗਏ ਨਾ ਜਿਹੜੇ ਇਹਨਾਂ ਦੇ ਬਸ ਸੀ ਉਹਨਾਂ ਨੇ ਉਹਨਾਂ ਨੂੰ ਤਤੀ ਤਵੀ ਤੇ ਬੈਠਣ ਲਈ ਮਜਬੂਰ ਕਰਤਾ ਤੇ ਗੁਰੂ ਮਹਾਰਾਜ ਜੀ ਬੈਠੇ ਕਿਉਂਕਿ ਉਹ ਨਾਮ ਵਿੱਚ ਸਮਾਏ ਹੋਏ ਸੀ ਮਾਲਕ ਦੇ ਨਾਲ ਇੱਕ ਮਿਕ ਸੀ ਸੀ ਨਹੀਂ ਕੀਤੀ ਉਹਨਾਂ ਨੇ ਪਰ ਉਸ ਤੋਂ ਬਾਅਦ ਛੇਵੇਂ ਬਾਦਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਇਹ ਸ਼ਾਂਤੀ ਦੇ ਪੁੰਜ ਉਹਨਾਂ ਤੇ ਜ਼ੁਲਮ ਕੀਤਾ ਉਹਨਾਂ ਨੇ ਵੀ ਇਸ ਤਰ੍ਹਾਂ ਤਾਂ ਗੱਲ ਨਹੀਂ ਬੰਦਨੀ ਉਹਨਾਂ ਨੇ ਫਿਰ ਸੋਚਿਆ ਕਿ ਸ਼ਸਤਰਦਾਰੀ ਹੋਇਆ ਜਾਏ ਕੀ ਹੋਇਆ ਜੀ ਸ਼ਸਤਰਦਾਰੀ ਹੋਇਆ ਜਾਏ ਹੁਣ ਅੱਜਕੱਲ ਕੋਈ ਸ਼ਸਤਰਦਾਰੀ ਨਹੀਂ ਹੈਗਾ ਮੰਨ ਲਓ ਵੀ ਮਸ਼ੀਨਰੀ ਹੁਣ ਬਹੁਤ ਜ਼ਿਆਦਾ ਵੱਧ ਗਈ ਆਪ ਗੱਡੀ 'ਚ ਬੈਹਨੇ ਆ ਮੋਰਸਲ ਤੇ ਬੈਹਨੇ ਆ ਦੋ ਤਿੰਨ ਜਣੇ ਹੋ ਗਏ ਹੋਗੇ ਰਿਸ਼ਤੇਦਾਰੀਆਂ ਪੁਰਾਣੇ ਸਮੇਂ ਤੇ ਲੋਕ ਘੋੜਿਆਂ ਤੇ ਜਾਂ ਪੈਦਲ ਜਾਂਦੇ ਸੀ ਉਦੋਂ ਡਾਂਗ ਸੋਟਾ ਕੋਲੇ ਲੈ ਕੇ ਜਾਂਦੇ ਸੀ ਵਿਰਾਜ 'ਚ ਕੋਈ ਜਾਨਵਰ ਕੋਈ ਪਸ਼ੂ ਪੈ ਸਕਦਾ ਕੋਈ ਜੰਗਲੀ ਜੀਵ ਮੱਝ ਗਾਂ ਜਿਹੜੀਆਂ ਜੰਗਲਾਂ 'ਚ ਰਹਿੰਦੀ ਉਹ ਵੀ ਬੰਦੇ ਨੂੰ ਮਾਰਨਾ ਆ ਸਕਦੀਆਂ ਨੇ ਕੋਈ ਸੱਪ ਆ ਸਕਦਾ ਕੋਈ ਹੋਰ ਚੀਜ਼ ਆ ਸਕਦੀ ਸ਼ੇਰ ਆ ਸਕਦਾ ਉਹਦੇ ਲਈ ਸ਼ਸਤਰਧਾਰੀ ਬਣਾਇਆ ਵੀ ਜਿਹੜੇ ਜ਼ੁਲਮ ਕਰਦੇ ਨੇ ਜੇ ਹੱਦੋਂ ਵੱਧ ਜ਼ੁਲਮ ਕਰਨਗੇ ਰਹੀ ਆ ਗਏ ਲੜਨ ਵਾਸਤੇ ਫਿਰ ਉਹਨਾਂ ਦਾ ਮੁਕਾਬਲਾ ਤਾਂ ਕਰ ਸਕੀ ਇਹਨੇ ਇਸ ਕਰਕੇ ਫਿਰ ਉਹ ਜ਼ੁਲਮ ਕੀਤਾ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਫਿਰ ਛੇਵੇਂ ਪਾਤਸ਼ਾਹ ਜੀ ਨੇ ਸ਼ਾਸਤਰ ਵਿਦਿਆ ਵੀ ਆਪਾਂ ਨੂੰ ਮੀਰੀ ਤੇ ਪੀਰੀ ਦਾ ਦੋਨੇ ਸੁਨਾਦ ਦੱਸੇ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਜੀ ਦੇ ਨਾਲ 2200 ਘੋੜ ਸਵਾਰ ਰਹਿੰਦਾ ਸੀ ਹਰ ਵਕਤ 24 ਕਹਿੰਦੇ ਜਿੱਧਰ ਚੱਲਦੇ ਸੀ 2200 ਘੋੜ ਸਵਾਰ ਨਾਲ ਜਾਂਦਾ ਸੀ ਤੇ ਜਦੋਂ ਸੂਖਮ ਰੂਪ ਦੇ ਵਿੱਚ ਉਹ ਜਾਂਦੇ ਸੀ ਕਿੱਥੇ ਜਾਂਦੇ ਸੀ ਇੱਥੋਂ ਨਿਕਲਦੇ ਸੀ ਇਧਰ ਜਾਂਦੇ ਇੱਥੇ ਜਦੋਂ ਇਧਰ ਜਾਂਦੇ ਸੀ ਤੇ ਉਦੋਂ ਸੂਖਮ ਦੇ ਵਿੱਚ ਵੀ ਕਾਲ ਆਇਆ ਹੈਗਾ ਉਹਦੀ ਨਮਾਇंदे ਹੈਗੇ ਪਰ ਧੂ ਪਾ ਲੈਂਦੇ ਸੀ ਦੇਖੋ ਕਿੰਨੀ ਬਾਵਰ ਸੀ ਉਸ ਤੋਂ ਬਾਅਦ ਫਿਰ ਅੱਠਵੇਂ ਪਾਤਸ਼ਾਹੀ ਫਿਰ ਨੌਵੇਂ ਪਾਤਸ਼ਾਹੀ ਨੂੰ ਵੀ ਇਹਨਾਂ ਨੇ ਮਜਬੂਰ ਕਰ ਦਿੱਤਾ ਚਾਂਦਨੀ ਚੌਂਕ ਮਹਾਰਾਜ ਨੂੰ ਆਪ ਜਾਣਾ ਪਿਆ ਹੁਣ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿੰਨਾ ਨੇ ਭੇਜਿਆ ਸੀ ਉਹਨਾਂ ਦੇ ਪੁੱਤਰ ਨੇ ਭੇਜਿਆ ਸੀ ਤੇ ਇਹਦਾ ਮਤਲਬ ਕੀ ਉਹਨਾਂ ਦੇ ਸੁਪੁੱਤਰ ਉਦੋਂ ਅਵਸਥਾ ਦੇ ਮਾਲਕ ਸੀ ਤੇ ਇਹ ਵੀ ਮਾਲਕ ਦੇ ਭੇਜੇ ਹੋਏ ਆਗਿਆਕਾਰੀ ਆਏ ਸੀ ਤੇ ਜਦੋਂ ਉਹਨਾਂ ਨੇ ਕਿਹਾ ਵੀ ਜ਼ੁਲਮ ਨੂੰ ਜੇ ਠੱਲ ਪਾਉਣੀ ਆ ਤੇ ਤੁਹਾਡੇ ਵਿੱਚੋਂ ਕੋਈ ਤੁਹਾਡਾ ਮੁਖੀ ਸੀਸ ਦੇਵੇ ਆ ਕੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਆ ਕਿ ਪਿਤਾ ਜੀ ਤੁਹਾਡੇ ਤੋਂ ਕੋਈ ਉੱਪਰ ਤਾਂ ਮੈਨੂੰ ਕੋਈ ਦਿਸਦਾ ਨਹੀਂ ਕਿਉਂਕਿ ਬ੍ਰਹਮਣ ਦੇ ਮੁਖੀ ਉਦੋਂ ਕੌਣ ਸੀ ਗੁਰੂ ਤੇਗ ਬਹਾਦਰ ਕੌਣ ਸੀ ਜੀ ਬ੍ਰਹਮਣ ਦੇ ਮੁਖੀ ਗੁਰੂ ਤੇਗ ਬਹਾਦਰ ਤੁਹਾਡੇ ਤੋਂ ਉੱਪਰ ਤਾਂ ਕੋਈ ਹੈ ਨਹੀਂ ਤੁਹਾਡਾ ਹੱਕ ਬਣਦਾ ਚਾਂਦਨੀ ਚੌਕ ਜਾ ਕੇ ਸੀਸ ਦੇਣਾ ਦੇਖੋ ਪੁੱਤ ਕਿਥੇ ਨੂੰ کہہ ਰਿਹਾ ਇੱਥੇ 7 ਸਾਲ ਦੇ ਪੁੱਤ ਨੂੰ ਕੋਈ ਪਤਾ ਹੀ ਨਹੀਂ ਕੋਈ ਗਿਆਨੀ ਨਹੀਂ ਹੈ ਇੰਨੇ ਮਲਕੀਓ ਜਾਗੇ ਹੋਏ ਸੀ ਪਿੱਛੋਂ ਹੀ ਜਾਗੇ ਆਏ ਸੀ ਤੇ ਉਹਨਾਂ ਨੇ ਜਦੋਂ ਗੁਰੂ ਮਹਾਰਾਜ ਜੀ ਨੂੰ ਚਾਂਦਨੀ ਚੌਕ ਪੂਰੀ ਪਲਾਨ ਬਣਾ ਕੇ ਦੇਖੋ ਕਿਵੇਂ ਪਲਾਨ ਬਣਾਇਆ ਉਹਨਾਂ ਨੇ ਉਹ ਕਹਿੰਦੇ ਵੀ ਉਹਨਾਂ ਦੁਸ਼ਟਾਂ ਲੋਕਾਂ ਦੇ ਹੱਥ ਦੇ ਵਿੱਚ ਇਹ ਸੋਹਣਾ ਸਰੀਰ ਨਹੀਂ ਆਉਣਾ ਚਾਹੀਦਾ ਨਾ ਤਾਂ ਉਹਨਾਂ ਦੇ ਹੱਥ ਦੇ ਵਿੱਚ ਸੀ ਸੋਣਾ ਚਾਹੀਦਾ ਨਾ ਧੜਾ ਹੋਣਾ ਚਾਹੀਦਾ ਉਹਨੂੰ ਫਿਰ ਯੋਜਨਾਬੰਦ ਤਰੀਕੇ ਦੇ ਨਾਲ ਆਮ ਢਾਡੀ ਤੇ ਰਾਗੀ ਇਹ ਕਹਿੰਦੇ ਰਹੇ ਕਹਿੰਦੇ ਨੇਰੀ ਆਈ ਝੱਖੜ ਝੁੱਲਿਆ ਨੇਰੀ ਆਈ ਨਹੀਂ ਨੇਰੀ ਲਿਆਂਦੀ ਗਈ ਸੀ ਉਹ ਕਿਵੇਂ ਲਿਆਂਦੀ ਗਈ ਸੀ ਉਹਨਾਂ ਦੀ ਡਿਊਟੀ ਲਾ ਦਿੱਤੀ ਜੀਵਨ ਸਿੰਘ ਜੀ ਬਾਬਾ ਜੈਤਾ ਜੀ ਵੀ ਜਦੋਂ ਸੀਸ ਕਲਮ ਹੋਏਗਾ ਬਸ ਤੁਸੀਂ ਨਹੀਂ ਦੇਖਣਾ ਅਗਾ ਪਿਛਾ ਤੁਸੀਂ ਸੀਸ ਲੈ ਕੇ ਇਧਰ ਨੂੰ ਚੱਲ ਪੈਣਾ ਕਿਸੇ ਨੂੰ ਨਹੀਂ ਲੈਣਾ ਨਾਲ ਤੁਸੀਂ ਸੀਸ ਲਓ ਤੇ ਚੱਲੋ ਤੇ ਮੈਂ ਲੱਖੀ ਸ਼ਾਹ ਪੰਜਾਰੇ ਦੀ ਡਿਊਟੀ ਲੱਗੀ ਸੀ ਵੀ ਤੁਸੀਂ ਧੜ ਨੂੰ ਸਾਂਭਣਾ ਤੇ ਉਹਨਾਂ ਨੇ ਉਹ ਗੱਡਾ ਸਾਂ ਰੱਖਿਆ ਸੀ ਤਿਆਰ ਬਰ ਤਿਆਰ ਉਹਨਾਂ ਨੇ ਧੜ ਚੱਕਿਆ ਇਹ ਗੱਡੀ ਚ ਸਤਕਾਰ ਨਾਲ ਲੈ ਕੇ ਗਿਆ ਸੰਸਕਾਰ ਕਰ ਦਿੱਤਾ ਆਪਦੇ ਹੀ ਘਰ ਨੂੰ ਅਗਨਪੇਟ ਕਰਦਾ ਕੀ ਹੋਇਆ ਸੀ ਜਿਹੜੀ ਨੇਰੀ ਆਈ ਸੀ ਗੁਰਮੁਖਾਂ ਦੀ ਡਿਊਟੀ ਲਈ ਦਸ਼ਮੇਸ਼ ਪਿਤਾ ਜੀ ਨੇ ਵੀ ਜਦੋਂ ਸੀਸ ਕਲਮ ਕਰਨਗੇ ਤੇ ਤੁਸੀਂ ਜੁੱਧ ਸ਼ੁਰੂ ਕਰੋ ਉਹ ਸਾਰੇ ਜੁੱਧ ਵਿੱਚ ਵਿਜੀ ਹੋ ਜਾਣਗੇ ਤੇ ਜਿਨ੍ਹਾਂ ਦੀ ਡਿਊਟੀ ਸੀ ਤੁਸੀਂ ਸੀਸ ਲੈ ਕੇ ਉਹਨਾਂ ਤੋਂ ਧੜ ਲੈ ਕੇ ਉਹਨਾਂ ਤੁਸੀਂ ਚੱਲ ਪੈਣਾ ਉਹ ਜੁੱਧ ਵਿੱਚ ਹੋਗੇ ਨਾ ਤੇ ਇਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਰੋ ਧੜ ਉਹ ਵੇਖਦੇ ਰਹਿ ਕੇ ਵੀ ਧੜ ਕਿੱਥੇ ਗਿਆ ਸੀਸ ਕਿੱਥੇ ਗਿਆ ਆ ਸੀ ਗੁਰੂ ਮਹਾਰਾਜ ਦੀ ਜੁੱਧ ਨੀਤੀ ਹੈ ਨਾ ਉਹ ਜੁੱਧ ਨੀਤੀ ਨਾਲ ਚੱਲਦੇ ਸੀ ਤੇ ਕਈ ਜੁੱਧ ਨੀਤੀ ਨਾਲ ਨਹੀਂ ਚੱਲਦੇ ਜੁੱਧ ਨੀਤੀ ਦਾ ਹੁੰਦਾ ਵੀ ਜਦੋਂ ਜੁੱਧ ਦਾ ਸਮਾਂ ਸ਼ਾਮ ਪੈ ਗਈ ਇਸ ਸਮਾਪਤ ਫੇਰ ਨਹੀਂ ਕਿਸੇ ਨੇ ਵਾਰ ਕਰਨਾ ਕਿੱਦਾਂ ਜਿੱਤੇ ਫੇਰ ਅਰੈਸਟ ਕਰਨੇ ਆ ਭੋਜਨ ਪਾਣੀ ਛਕਣਾ ਅਗਲੇ ਦਿਨ ਫੇਰ ਜੁੱਧ ਕਰਨਾ ਉਦੋਂ ਇਹ ਸੀਗੀ ਅੱਜ ਕੱਲ ਲੋਕ ਪਿੱਠ ਵਿੱਚੇ ਵਾਰ ਕਰਦੇ ਉਦੋਂ ਨਹੀਂ ਸੀ ਆਇਆ ਹੁੰਦਾ ਵਾਰ ਤਾਂ ਕੀ ਕਰਨਾ ਲੋਕ ਇੱਕ ਦੂਸਰ ਨੂੰ ਇਹ ਦਿੰਦੇ ਆ ਚੁਗਲੀ ਕਰੀ ਜਾਂਦੇ ਨਾਲੇ ਮਹਾਰਾਜ ਦੀ ਬਾਣੀ ਨੂੰ ਆਪ ਮੰਨਦੇ ਆ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਨੂੰ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਾਣਾ ਸਮਝ ਰਹੇ ਹੋ ਐ ਵੀ ਨਰਕਾਂ ਵਾਲੇ ਪਾਸੇ ਨੂੰ ਜਾ ਰਹੇ ਆ ਮੂੰਹ ਕਾਲਾ ਕਰਾਉਣ ਆਲੇ ਪੈਜਾ ਛੱਡ ਦੀਏ ਨਿੰਦਿਆ ਚੁਗਲੀ ਲੋੜ ਹੀ ਨਹੀਂ ਆਪਾਂ ਨੂੰ ਕਿਸੇ ਵੀ ਲਾਈਫ ਨਾਲ ਕੀ ਮਤਲਬ ਆਪਾਂ ਆਪ ਦਾ ਅੱਗੇ ਸਵਾਰੋ ਆਪ ਦਾ ਸਿਮਨ ਕਰੋ ਕਿਸੇ ਦਾ ਭਲਾ ਹੋ ਸਕਦਾ ਕਰੋ ਕਿਸੇ ਦੀ ਮਦਦ ਕਰ ਸਕਦੇ ਤਾਂ ਕਰੋ ਨਹੀਂ ਕਰ ਸਕਦੇ ਚੁੱਪ ਰਹਿ ਜਾ ਇਹ ਨਹੀਂ ਇਹਦਾ ਮਾੜਾ ਨਾ ਨਾ ਕਰੋ ਸੋਚੋ ਨਾ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੰਸਾਰ ਤੇ ਆਏ ਸੀ ਤੁਹਾਨੂੰ ਪਤਾ ਨਾ ਚੈੱਕ ਕੀਤਾ ਸੀ ਉਹਨਾਂ ਨੂੰ ਵੀ ਉਹ ਜ਼ੁਲਮ ਦੇ ਖਿਲਾਫ ਕਿਸੇ ਕੌਮ ਦੇ ਖਿਲਾਫ ਨਹੀਂ ਜ਼ੁਲਮ ਦੇ ਖਿਲਾਫ ਕੋਈ ਵੀ ਜ਼ੁਲਮ ਕਰੇਗਾ ਉਹਦਾ ਮੁਕਾਬਲਾ ਕੀਤਾ ਜਾਏਗਾ ਉਹਦੇ ਜ਼ੁਲਮ ਨੂੰ ਰੋਕਿਆ ਜਾਏਗਾ ਦਸ਼ਮੇਸ਼ ਪਿਤਾ ਜੀ ਦਾ ਐਡਾ ਵਧੀਆ ਕੈਰੈਕਟਰ ਸੀ ਐਡਾ ਸੋਹਣਾ ਰੋਲ ਸੀ ਉਹਨਾਂ ਦਾ ਤੇ ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ ਚੱਲੇ ਉਹ ਬਾਣੇ ਤੇ ਚੱਲੇ ਰਜਾ ਤੇ ਚੱਲੇ ਤੇ ਦੇਖੋ ਐਡਾ ਸੋਹਣਾ ਪਿਤਾ ਜੀ ਨੇ ਜ਼ਮੀਨ ਖਰੀਦੀ ਹੋਵੇ ਪਿਤਾ ਜੀ ਕਿੱਥੇ ਰਹਿੰਦੇ ਸੀ ਹਜੂ ਉੱਥੇ ਆਪਣਾ ਬਿਹਾਰ ਚ ਪਟਨਾ ਸਾਹਿਬ ਪਟਨਾ ਸਾਹਿਬ ਉੱਥੇ ਜਨਮ ਹੋਇਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਚਲੇ ਗਏ ਸੀ ਉਥੇ ਜਨਮ ਹੋਇਆ ਬਾਅਦ ਦੇ ਵਿੱਚ ਸੰਗਤਾਂ ਪੰਜਾਬ ਤੋਂ ਗਈਆਂ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਹਿੰਦੇ ਜੀ ਵੀ ਸੰਗਤਾਂ ਤਰਸੀਆਂ ਪਈਆਂ ਤੁਹਾਡੇ ਦਰਸ਼ਨਾਂ ਨੂੰ ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਮੁੱਲ ਖਰੀਦੀ ਸੀ ਜਿਵੇਂ ਆਪਾਂ ਕਿਤੇ ਦੂਸਰੀ ਜਗ੍ਹਾ ਤੇ ਇਧਰੋਂ ਵੇਚ ਕੇ ਉਧਰ ਲੈ ਲਈ ਅਨੰਦਪੁਰ ਸਾਹਿਬ ਦੀ ਧਰਤੀ ਮੁੱਲ ਖਰੀਦ ਕੇ ਉਥੇ ਆਪਦੀ ਰਹਿائش ਸਾਰਾ ਕੁਝ ਬਣਾਇਆ ਤੇ ਦੇਖ ਲਓ ਦਸਵੇਂ ਪਾਤਸ਼ਾਹ ਜੀ ਮਾਲਕ ਦੇ ਬਾਣੇ ਦੇ ਵਿੱਚ ਉਹ ਬਣਿਆ ਬਣਾਈ ਰਹਿائش ਛੱਡਦੀ ਪਈਆਂ ਉਹਨਾਂ ਨੇ ਉਹ ਛੜਦਾ ਜੀ ਕਰਨ ਉਹ ਝੁੱਗੀ ਨਹੀਂ ਛੜਦਾ ਅੱਗ ਨਹੀਂ ਲਾਉਣ ਦਿੰਦਾ ਝੁੱਗੀ ਨੂੰ ਤੇ ਉਹ ਤਾਂ ਇੰਨਾ ਕੁਝ ਬਣਾਇਆ ਸੀ ਨਾਲੇ ਉਹਨਾਂ ਦਾ ਮਕਸਦ ਇਹ ਇਹ ਹੈ ਹੀ ਨਹੀਂ ਸੀ ਉਹਨਾਂ ਦਾ ਮਕਸਦ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਗੁਰੂ ਗ੍ਰੰਥ ਸਾਹਿਬ ਮਾਰੇ ਹੀ ਸੰਪੂਰਨਤਾ ਕਰਨੀ ਪੋਥੀ ਪਰਮੇਸ਼ਰ ਕਾ ਥਾਣ ਤੋਂ ਬਾਅਦ ਬਾਣੀ ਹੋਰ ਐਡ ਕਰਕੇ ਸਾਨੂੰ ਅਧਿਆਤਮਿਕ ਗਿਆਨ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲਣਾ ਇਹ ਕਾਰਜ ਵੱਡਾ ਕਰਨਾ ਸੀ ਮਹਾਰਾਜ ਜੀ ਨੇ ਤੇ ਦੇਖੋ ਫਿਰ ਉਹਨਾਂ ਨੇ ਧੋਖਾ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ ਮਗਰੋਂ ਹਮਲਾ ਕੀਤਾ ਹਾਲਾਂਕਿ ਵਾਜਨ ਕੀਤਾ ਸੀ ਵੀ ਨਹੀਂ ਕਰਾਂਗੇ ਧੋਖੇ ਬਾਝੋਂ ਨਿਕਲੇ ਉਸ ਤੋਂ ਬਾਅਦ ਹੁੰਦੇ ਹੋਂਦੇ ਅ ਚਮਕੌਰ ਦੀ ਘੜੀ ਚ ਉਹ ਤੁਸੀਂ ਇਤਿਹਾਸ ਜਾਣਦੇ ਹੋ ਸਾਰਾ ਆਦੇ ਬੱਚਿਆਂ ਨੂੰ ਵੱਡਿਆਂ ਨੂੰ ਮੈਦਾਨੇ ਜੰਗ ਦੇ ਵਿੱਚ ਸਾਹਮਣੇ 10 ਲੱਖ ਦਾ ਇਕੱਠ ਹੋਵੇ ਤੇ ਇਧਰ ਨਾ ਮਾਤਰ ਹੋਵੇ ਤਾਂ ਇਹ ਲੋਕ ਕਿੱਡਾ ਜਿਗਰਾ ਹੋਏਗਾ ਕਿੱਡਾ ਜਿਗਰਾ ਹੋਏਗਾ 10ਵੇਂ ਪਾਸ਼ਾ ਜਿਹੜੇ ਆਪਦੇ ਜਿਗਰ ਦੇ ਟੋਟੇ ਨੂੰ ਭੇਜਦੇ ਕਿੱਡਾ ਜਿਗਰਾ ਹੋਏਗਾ ਸਹਿਬਜ਼ਾਦੇ ਆਂਦਾ ਤੋਂ ਉਹਨਾਂ ਨੇ ਨਹੀਂ ਕਿਹਾ ਮਹਾਰਾਜ ਅੱਗੇ ਪਿਤਾ ਜੀ ਅੱਗੇ 10 ਲੱਖ ਦਾ ਇਕੱਠ ਆ ਨਿੱਤਰ ਪੇ ਅ ਸ੍ਰੀ ਜਾਨ ਦਾ ਜਾਵੇ ਹਨਾ ਫਿਰ ਛੋਟੇ ਸਹਿਬਜ਼ਾਦੇ ਉੱਥੋਂ ਹੁੰਦੇ ਹੋਏ ਮਾਚੀਵਾੜੇ ਦੇ ਜੰਗਲ 'ਚ ਆਏ। ਉੱਥੇ ਫਿਰ ਉਹਨਾਂ ਦੀ ਯਾਦ ਵਿੱਚ ਬੈਠੇ ਤੇ ਫਿਰ ਕੀ ਕਿਹਾ ਮਾਲਕ ਨੂੰ? ਕਹਿਣ ਲੱਗੇ ਕਹਿੰਦੇ ਮਾਲਕ ਨੂੰ ਕਹਿਣ ਲੱਗੇ ਕਹਿੰਦੇ ਮਹਾਰਾਜ ਆ ਦੇਖੋ। ਤੁਸੀਂ ਕਿਹਾ ਸੀ ਵੀ ਮੇਰੇ ਭੁੱਲਣ ਬੱਚਿਆਂ ਨੂੰ ਸਮਝਾਉ ਜਾਗੇ। ਤੇਰਾ ਇਹ ਪੁੱਤ ਭੁੱਲਣ ਬੱਚਿਆਂ ਨੂੰ ਸਮਝਾ ਰਿਹਾ ਸੀ ਤੇਰੇ ਭੁੱਲਣ ਬੱਚਿਆਂ ਨੇ ਤੇਰੇ ਇਸ ਪੁੱਤ ਦੀ ਕੀ ਹਾਲਤ ਕੀਤੀ? ਬਾਣਾ ਲੀਰੋ ਲੀਰ ਹੋ ਗਿਆ, ਹੱਥਾਂ ਪੈਰਾਂ 'ਚ ਛਾਲੇ ਪੈ ਗਏ। ਉੱਥੇ ਫਿਰ ਸ਼ਬਦ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਤਲਬ ਕਹਿੰਦਾ ਵੀ ਮਹਾਰਾਜ ਫੇਰ ਵੀ ਤੇਰੀ ਰਜਾਚੀ ਰਹਿਣਾ ਮਤਲਬ ਕਹਿੰਦੇ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਵਾਸਾਂ ਦੇ ਰਹਿਣਾ ਸੂਲ ਸੁਰਾਹੇ ਖੰਜਰ ਪਿਆਲਾ ਬਿੰਗ ਗਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਤ ਚੰਗਾ ਪਟਖੇੜਿਆਂ ਦਾ ਰਹਿਣਾ ਤੇ ਪਿਆਰ ਵਿੱਚ ਮਾਲਕ ਨੂੰ ਯਾਰ ਵੀ ਕਿਹਾ ਹੈ ਨਾ ਮਿੱਤਰ ਵੀ ਕਿਹਾ ਹੈ ਨਾ ਮਾਲਕ ਨੂੰ ਪਿਤਾ ਵੀ ਕਿਹਾ ਹੈ ਨਾ ਦੋਸਤ ਵੀ ਕਿਹਾ ਬੜੇ ਨਾਂ ਰੱਖੇ ਨੇ ਹੁਣ ਦੇਖੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ੁਰੂ ਦੇ ਵਿੱਚ ਹੀ ਖੰਡੇ ਬਾਟੇ ਦੀ ਦਾਤ ਤਿਆਰ ਕਰਦੇ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਵੇਂ ਬਾਦਸ਼ਾਹ ਤੱਕ ਚਰਨ ਪਹੁਲ ਭਗਤਾਂ ਤੱਕ ਕੀ ਪਾਈ ਜਾਂਦੀ ਸੀ ਚਰਨ ਪਹੁਲ ਕਿਹੜੇ ਚਰਨ ਮਾਲਕ ਦੇ ਚਰਨ ਅਨਹਦ ਤੂਰ ਦੇ ਨਾਲ ਜੋੜਿਆ ਜਾਂਦਾ ਸੀ ਸੁਰਤੀ ਨੂੰ ਤੇ ਉੱਥੋਂ ਅੰਮ੍ਰਿਤ ਰਸ ਆਉਂਦਾ ਸੀ ਉਹ ਪੀਂਦੇ ਸੀ ਆ ਪੈਰ ਨਹੀਂ ਜਿਹੜੇ ਸਰੀਰ ਵਾਲੇ ਇਹ ਨਹੀਂ ਧੋ ਕੇ ਪਿਆ ਜਾਂਦੇ ਸੀ ਉਹ ਮਾਲਕ ਦੇ ਚਰਨ ਸੁਣ ਤੇ ਪਨੀਤ ਕਹ ਤੇ ਪਵਿੱਤ ਸਤਿਗੁਰਿਆ ਵਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਉਹ ਤੋਂ ਮਰ ਅਮਰਤ ਚਰਦਾ ਸੀ ਤੇ ਉਹ ਅਮਰਤ ਪੀਂਦੇ ਸੀ ਅੰਦਰ ਉਹਨੂੰ ਚਰਨਾਮਤ ਕਹਿੰਦੇ ਸੀ ਹੁਣ ਦਸ਼ਮੇਸ਼ ਵਿਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਜੀ ਦੇ ਹੁਕਮ ਦੇ ਮੁਤਾਬਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਦ੍ਰਿੜ ਕਰਾਇਆ ਗਿਆ ਸੀ ਗੁਰਮੰਤਰ ਉਸ ਮੁਤਾਬਕ 32 ਸਾਲ ਦੀ ਉਮਰ ਦੇ ਵਿੱਚ ਖੰਡੇ ਬਾਟੇ ਦੀ ਦਾਤ ਤਿਆਰ ਤੇ ਉਹ ਅਮਰਤ ਕਿੱਥੋਂ ਤਿਆਰ ਕੀਤਾ ਸੀ ਆ ਖਾਲੀ ਖਲਾ ਦੇ ਵਿੱਚ ਕਿੱਥੋਂ ਜੀ ਇੱਥੇ ਇਹ ਸੱਚਖੰਡਾ ਜੀ ਖਾਲੀ ਖਲਾ ਕੀ ਹੈ ਜੀ ਇਹਨੂੰ ਕਹਿੰਦੇ ਸੱਚਖੰਡ ਵਸੇ ਨੰਗਾ ਛੋਟਾ ਜਿਹਾ ਕਮਰਾ ਨਹੀਂ ਹੈਗਾ ਸੱਚਖੰਡ ਮਾਲਕ ਤਾਂ ਬਹੁਤ ਵੱਡਾ ਆ ਇਹਦਾ ਕਿਸੇ ਨੇ ਅੰਤ ਨਹੀਂ ਪਾਇਆ ਕਿੰਨਾ ਵੱਡਾ ਖਾਲੀ ਖਲਾ ਇਹਦੇ ਵਿੱਚ ਮਾਲਕ ਵਸਦਾ ਤੇ ਮਾਲਕ ਇੱਥੇ ਅਮਰਤ ਵਰਖਾ ਕਰ ਰਿਹਾ ਉਹ ਅੰਮ੍ਰਿਤ ਵਰਖਾ ਕਈਆਂ ਦੇ ਅੰਦਰ ਵੀ ਰਸਨਾ ਦੇ ਉੱਤੇ ਉਹਦੀ ਮਨ ਪੀਂਦਾ ਹੈ ਚਿਮਚਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇੱਥੇ ਵਰਖਾ ਹੋ ਰਹੀ ਸੀ ਅੰਮ੍ਰਿਤ ਵਰਖਾ ਹੋ ਰਹੀ ਸੀ ਉਹ ਅੱਗੇ ਵੀ ਵਿਸ਼ਵਾਸ ਦਵਾਇਆ ਮੈਂ ਦੁਬਾਰਾ ਫਿਰ ਯਾਦ ਕਰਾ ਦਿਆਂ ਦੂਸਰੀ ਜਿਹੜੀ ਵਰਖਾ ਹੁੰਦੀ ਆ ਮੀਂਹ ਪੈਂਦਾ ਉਹ ਦਿਸਦਾ ਇਹ ਵਰਖਾ ਦਿਸਦੀ ਨਹੀਂ ਲੇਕਿਨ ਸਰੀਰ ਤੇ ਕਣੀਆਂ ਪੈਂਦੀਆਂ ਨੇ ਬੂੰਦਾਂ ਐ ਲੱਗਦੇ ਕਿਤੇ ਕਿਤੇ ਡੋਪ ਡਿੱਗ ਰਹੇ ਨੇ ਸਿਰੰ ਠੰਡਾ। ਉਹ ਛੱਤ ਦੇ ਥੱਲੇ ਵੀ ਹੋਏਗੀ ਕਿਉਂਕਿ ਛੱਤ ਦੇ ਥੱਲੇ ਆਹਿੰਦੇ ਵਿੱਚ ਵੀ ਹੈਗਾ ਨਾ ਖਾਲੀ ਖਲਾ ਸਪੇਸ ਇਹ ਉਦੋਂ ਆਉਂਦੀ ਜਦੋਂ ਮਨ ਸਹਿਜ ਵਿੱਚ ਹੁੰਦਾ ਹੈ। ਜਦੋਂ ਮਨ ਪੁਰਨਿਆਂ ਤੋਂ ਰਹਿਤ ਹੁੰਦਾ ਬੜੇ ਹੀ ਸਹਿਜ ਵਿੱਚ ਹੁੰਦਾ। ਉਦੋਂ ਫਿਰ ਐਂ ਲੱਗਦਾ ਜਿਵੇਂ ਬੂੰਦਾਂ ਡੇਕ ਰੀਆਂ ਨੇ। ਬ੍ਰਹਮ ਵਰਖਾ, ਅੰਮ੍ਰਿਤ ਵਰਖਾ। ਉੱਥੋਂ ਫਿਰ ਅੰਮ੍ਰਿਤ ਤਿਆਰ ਕੀਤਾ ਸੀ ਮਹਾਰਾਜ ਨੇ ਖੰਡੇ ਬਾਟੇ ਦਾ ਤੇ ਸ਼ਰਤਾਂ ਰੱਖੀਆਂ ਸੀ ਵੀ ਜਿਹੜਾ ਆ ਦੋ ਸ਼ਰਤਾਂ ਪਾਸ ਕਰੇਗਾ ਜਾਂ ਦੋਨੋਂ 'ਚੋਂ ਇੱਕ ਕਰੇਗਾ ਉਹਨੂੰ ਖੰਡੇ ਬਾਟੇ ਦੀ ਦਾਤ ਦਿੱਤੀ ਜਾਏਗੀ ਉਹ ਸ਼ਰਤਾਂ ਕਿਹੜੀਆਂ ਸੀ ਅਨਹਦ ਸ਼ਬਦ ਸੁਣਦਾ ਹੋਣਾ ਚਾਹੀਦਾ ਹੈ ਅਭਿਆਸ ਕਰ ਕਰਕੇ ਤੁਹਾਨੂੰ ਕੰਨਾਂ ਦੇ ਵਿੱਚ ਆਵਾਜ਼ ਸੁਣਨੀ ਹੋਣੀ ਚਾਹੀਦੀ ਹੈ ਤੇ ਜਾਂ ਬਿਨਾ ਮਿੱਠਾ ਖਾਧੇ ਅਭਿਆਸ ਕਰ ਕਰਕੇ ਤੁਹਾਡਾ ਮੂੰਹ ਮਿੱਠਾ ਹੋਣਾ ਚਾਹੀਦਾ ਹੈ ਬਿਨਾ ਕਿਸੇ ਮਿੱਠੀ ਚੀਜ਼ ਪੀਤੇ ਤੇ ਐਨ ਲੱਗੇ ਵੀ ਮੂੰਹ ਮਿੱਠਾ ਮਿੱਠਾ ਹੋ ਰਿਹਾ ਉਹ ਨਿਸ਼ਾਨੀਆਂ ਦੋ ਉਹਨਾਂ ਦੇ ਵਿੱਚੋਂ ਇੱਕ ਵੀ ਕਿਸੇ ਨੂੰ ਹੁੰਦੀ ਹੈ ਤਾਂ ਉਹ ਖੰਡੇ ਬਾਟੇ ਦੀ ਦਾਤ ਲੈਣ ਵਾਸਤੇ ਪੰਜਾਂ ਪਿਆਰਿਆਂ ਦੇ ਅੱਗੇ ਪੇਸ਼ ਹੋ ਸਕਦਾ ਤੇ ਪੰਜ ਪਿਆਰੇ ਫਿਰ ਉਹਨਾਂ ਦਾ ਇਮਤਿਹਾਨ ਲੈਂਦੇ ਨੇ ਕੀ ਲੈਂਦੇ ਟੈਸਟ ਲੈਂਦੇ ਨੇ ਵੀ ਇਹਨਾਂ ਨੂੰ ਸ਼ਬਦ ਸੁਣਦਾ ਜੀ ਉਹ ਕਹਿੰਦਾ ਹਾਂ ਜੀ ਉਹ ਕਹਿੰਦੇ ਕਿਹੜੀ ਬਾਤ ਸੁਣਦੀ ਕਹਿੰਦੇ ਕਹਿੰਦੇ ਕਿੱਧਰ ਸੁਣਦੀ ਉੱਥੇ ਝੂਠ ਨਹੀਂ ਚੱਲਦਾ ਉਹ ਫੜਿਆ ਜਾਂਦਾ ਤੇ ਜਿਨ੍ਹਾਂ ਨੂੰ ਸੁਣਦੀ ਫਿਰ ਉਹ ਪਤਾ ਲੱਗ ਜਾਂਦਾ ਉਹ ਪਰਖ ਕਰ ਲੈਂਦੇ ਨੇ ਤੇ ਫਿਰ ਅਮਰਤਰਾਸ ਬਾਰੇ ਪੁੱਛਿਆ ਜਾਂਦਾ ਹਾਂਜੀ ਪੀ ਆਉਂਦਾ ਜੀ ਰਸ ਕਈ ਕਹਿੰਦੇ ਆਉਂਦਾ ਜੀ ਉਹ ਕਹਿੰਦੇ ਕਿੱਥੇ ਆਉਂਦਾ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਸਹੀ ਹੈ ਹਾਂ ਚਲੋ ਉਹ ਸਿਲੈਕਟ ਹੋ ਜਾਂਦੇ ਸਿਲੈਕਟ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਜੋਤ ਪ੍ਰਗਟ ਕੀਤੀ ਜਾਂਦੀ ਸਿਲੇਕਸ਼ਨ ਤੋਂ ਬਾਅਦ ਕੀ ਹੁੰਦਾ ਜੀ ਮਹਾਰਾ ਕਹਿੰਦਾ ਨਾ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪ੍ਰਗਟ ਕੀਤੀ ਜਾਂਦੀ ਜਿਹੜੀ ਜੋਤ ਸਾਡੇ ਅੰਦਰ ਰੱਖੀ ਹੈ ਜੇ ਸਰੀਰ ਵਿੱਚ ਜੋਤ ਰੱਖੀ ਤਾਂ ਸਾਡੇ ਸਰੀਰ ਮਾਂ ਦੇ ਪੇਟ ਚੋਂ ਬਾਹਰ ਆਏ ਸੰਸਾਰ ਤੇ ਮਾਂ ਦੇ ਪੇਟ ਚੋਂ ਬੱਚਾ ਜਨਮ ਲੈ ਲੈਂਦਾ ਉਦੋਂ ਉਹਨੂੰ ਕਹਿੰਦੇ ਨੇ ਵੀ ਇਹਨੂੰ ਧਰਤੀ ਨੇ ਵੀ ਚੱਲ ਲਿਆ ਤੇ ਅਸਮਾਨ ਨੇ ਵੀ ਚੱਲ ਲਿਆ ਇਹ ਸਰੀਰਾਂ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂ जग ਮੇ ਆਇਆ ਉਹ ਜੋਤ ਦੀ ਜਾਣਕਾਰੀ ਨਹੀਂ ਸਾਨੂੰ ਰਹੀ ਆ ਸਰੀਰਾਂ ਦੀ ਜਾਣਕਾਰੀ ਹੈਗੀ ਆ ਤੇ ਇੱਕ ਦੂਸਰੇ ਦੇ ਗੋਤਾਂ ਦੀ ਜਾਣਕਾਰੀ ਹੈਗੀ ਹਾਂ ਵੀ ਕੀ ਗੋਤ ਆ ਤੇਰਾ ਹਾਂ ਵੀ ਕਿਹੜੀ ਆ ਜਾਤ ਤੇਰੀ ਇਹ ਪੁੱਛਦੇ ਆਂ ਕਦੀ ਜੋਤ ਬਾਰੇ ਪੁੱਛਿਆ ਕਦੀ ਨਹੀਂ ਪੁੱਛਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਜੀ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ ਅੱਗੇ ਕਹਿੰਦੇ ਕੋਈ ਜਾਤ ਨਹੀਂ ਹੈਗੀ ਜੋਤ ਹੈਗੀ ਹੈ ਕਿਉਂਕਿ ਜੋਤ ਨਹੀਂ ਨਾ ਮਰਦੀ ਜੋਤੁਹਾ ਜੁਗਤ ਸਾਇਸ ਸੈਂ ਕਾਇਆ ਫਿਰ ਪਲਦੀ ਹੈ ਆ ਬਾਡੀ ਕਾਇਆ ਬਦਲ ਦਿੱਤੀ ਜਾਂਦੀ ਹੈ ਜੋਤ ਉਹੀ ਹੁੰਦੀ ਹੈ ਉਹੀ ਜੋਤ ਜੁਨਾ ਚ ਘੁੰਮਦੀ ਹੈ ਅਡੋ ਅਡੀ 84 ਲੱਖ ਦੇ ਢੀਡ ਵਿੱਚ ਤੇ ਹੁਣ ਮੌਕਾ ਦਸ਼ਮੇਸ਼ ਬਿਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਕਿ ਜਿਹੜੇ ਕਾਲ ਦੇ ਵੱਸ ਪਏ ਹੋਏ ਸੀ ਉਹ ਜ਼ੁਲਮ ਕਰਦੇ ਸੀ ਲੋਕ ਉਹ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਾਨੂੰ ਕੰਡੇ ਬਾਤੀ ਦੀ ਦਾਤ ਦੇ ਕੇ ਸ਼ਾਸਤਰਧਾਰੀ ਬਣਾ ਕੇ ਕੀ ਕੀਤਾ ਸੀ ਵੀ ਸੰਤ ਨੇ ਅੰਦਰ ਜੁੱਧ ਕਰਨਾ ਕੰਡੇ ਨਾਲ ਪੰਜਾਂ ਨਾਲ ਵਾਹ ਗੁਰੂ ਵਾਹ ਇਹ ਫੁਰਨਾ ਨਹੀਂ ਆਉਣ ਦੇਣਾ ਜੇ ਫੁਰਨਾ ਆ ਗਿਆ ਤਾਂ ਉਹਨਾਂ ਦਾ ਹਮਲਾ ਹੋ ਗਿਆ ਸਿਮੰਗ ਕਰਦੇ ਆ ਤੁਹਾਨੂੰ ਖਿਆਲ ਆ ਗਿਆ ਨਾ ਕੋਈ ਵੀ ਕਣਕ ਦੇ ਬੀਜ ਨਾਲ ਹੀ ਰਹਿੰਦੀ ਪਾਣੀ ਲਾਉਣ ਵਾਲਾ ਰਹਿੰਦਾ ਉੱਥੇ ਜਾਣ ਵਾਲਾ ਰਹਿੰਦਾ ਕਿਸੇ ਤਰ੍ਹਾਂ ਦਾ ਵਿਚਾਰ ਆ ਗਿਆ ਸੰਭਲੋਂ ਦਾ ਹਮਲਾ ਹੋ ਗਿਆ ਤੇ ਅਸੀਂ ਹਮਲਾ ਨਹੀਂ ਹੋਣਾ ਵਿਚਾਰ ਨਹੀਂ ਆਉਣਾ ਵਾਹ ਗੁਰੂ ਵਾਹ ਤੇ ਜੇ ਕੋਈ ਵਿਚਾਰ ਨਾ ਆਇਆ ਤਾਂ ਸੰਭਲੋਂ ਆਪਾਂ ਹੁੰਦੇ ਹਮਲੇ ਰੋਕ ਦਿੱਤੇ ਉਹਨੇ ਵਾਰ ਕੀਤਾ ਅਸੀਂ ਵਾਰ ਰੋਕਤਾ ਜਿਵੇਂ ਆਪਾਂ ਅੱਗੇ ਕਿਰਪਾਨ ਕਰਦੇ ਨੇ ਤੇ ਸੰਤ ਸ਼ਿਬਾਹੀ ਸਿਪਾਈ ਦੀ ਡਿਊਟੀ ਹੈ ਮਾਲਕ ਦੇ ਦਰ ਤੇ ਬੈਠਣਾ ਜਿਵੇਂ ਬਾਹਰੀ ਤੌਰ ਤੇ ਅਫਸਰ ਅੰਦਰ ਬੈਠਾ ਹੁੰਦਾ ਤੇ ਸਿਪਾਈ ਬਾਹਰ ਹੁੰਦਾ ਤੇ ਜਦੋਂ ਅਫਸਰ ਬੈਲ ਮਾਰਦਾ ਉਹ ਰੱਖੀ ਹੁੰਦੀ ਨਾ ਏਡੀ ਕਿ ਘੰਟੀ ਜੀ ਹੁੰਦੀ ਗੋਣ ਟਰਨ ਟਰਨ ਤੇ ਉਹ ਬਾਹਰੋਂ ਆਵਾਜ਼ ਦਿੰਦਾ ਹੈ ਸੰਤਰੀ ਕਹਿੰਦਾ ਜੀ ਹਜੂਰ ਤੇ ਇਧਰੋਂ ਫਿਰ ਜਦੋਂ ਅੰਦਰੋਂ ਮਾਲਕ ਬੋਲਦਾ ਤੇ ਫਿਰ ਮਨ ਕਹਿੰਦਾ ਜੀ ਹਜੂਰ ਤੇ ਫਿਰ ਉਹਦੀ ਡਿਊਟੀ ਲੱਗਦੀ ਹੈ ਚਲੋ ਸਰੀਰ ਛੱਡੋ ਫਲਾਨੀ ਜਗ੍ਹਾ ਤੇ ਜਾਓ ਸਰੀਰ ਛੱਡੋ ਸਰੀਰ ਛੱਡਣ ਵਾਸਤੇ ਕੀ ਕਰਨਾ ਪੈਂਦਾ ਸਿਮਰਨ ਕਰਕੇ ਤੁਹਾਨੂੰ ਪੈਣਾ ਪੈਂਦਾ ਲੇਟਣਾ ਪੈਗਾ ਸਰੀਰ ਨੂੰ ਢਿੱਲਾ ਛੱਡ ਕੇ ਪੈ ਜਾਓ ਸ਼ਬਦ ਨੂੰ ਪਕੜੋ ਸੁਣਨ ਨੂੰ ਦੇਖੋ ਜਿੱਥੇ ਜਾਣਾ ਮਾਲਕ ਨੇ ਭੇਜਣਾ ਉੱਥੇ ਜਾਣਾ ਉਹ ਫਿਰ ਉੱਥੋਂ ਦੇ ਜਿੱਥੇ ਜਾਓਗੇ ਉੱਥੇ ਕਹਿਣਗੇ ਫੋਨ ਆਇਆ ਗਿਆ ਤੁਹਾਨੂੰ ਦੂਜੀ ਤੀਜੀ ਜਾਂ ਉਸੇ ਟਾਈਮ ਹਾਂਜੀ ਤੁਹਾਡਾ ਭਲੇਖਾ ਪਿਆ ਜੀ ਤੁਸੀਂ ਇੱਥੇ ਆਏ ਸੀ ਹਾਂਜੀ ਹਾਜੀ ਯਾਨੀ ਤੇ ਉਹ ਮਾਲਕ ਦੇ ਦਰ ਤੇ ਫਿਰ ਮਨ ਬਚਾ ਸਿਪਾਈ ਦੇ ਰੋਲ ਵਿੱਚ ਸੰਤ ਸਿਪਾਹੀ ਸੰਸਪਾਈ ਮਨ ਇੱਕ ਪਹਿਲਾਂ ਸੰਤ ਬਣਦਾ ਫਿਰ ਸਿਪਾਹੀ ਬਣਦਾ ਸੰਤ ਸਿਪਾਹੀ ਇਕੱਠਾ ਇਹ ਸਾਨੂੰ ਸਾਰੇ ਦਾ ਸਾਰਾ ਗਿਆਨ ਜਿਹੜਾ ਹੈ ਗੁਰੂ ਮਹਾਰਾਜ ਦੇ ਕਰਨ ਦਿੱਤਾ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੇਖੋ ਉਹ ਪਿਆਰ ਨਾਲ ਸਮਝਾ ਰਹੇ ਸੀ 10ਵੇਂ ਪਾਛੇ ਨੂੰ ਵੇਖਿਆ ਵੀ ਨਹੀਂ ਤੇ ਇਹਨਾਂ ਨੇ ਪਿਆਰ ਵੀ ਦੱਸਿਆ ਤੇ ਨਾਲ ਜੁਲਮ ਦਾ ਟੱਕਰਾ ਵੀ ਦੱਸਿਆ ਵੀ ਜੁਲਮ ਸਹਿਣਾ ਵੀ ਨਹੀਂ ਜੁਲਮ ਕਰਨਾ ਤਾਂ ਕਿ ਸਹਿਣਾ ਮਿਲੇ ਠੀਕ ਹੈ ਜੀ ਤੇ ਆਪਾਂ ਕਿਸੇ ਤੇ ਜੁਲਮ ਕਰਨਾ ਨਹੀਂ ਤੇ ਨਾ ਸਹਿਣਾ ਸਿਮਰਨ ਕਰਕੇ ਅਸੀਂ ਬਹੁਤ ਨਿਮਾਨੇ ਹੋ ਜਾਂਦੇ ਆ ਨੀਵੇਂ ਹੋ ਜਾਂਦੇ ਪਰ ਕਈ ਵਾਰੀ ਕੋਈ ਐਸਾ ਹੁੰਦਾ ਹੈ ਕਿ ਉਹ ਸਾਨੂੰ ਤੰਗ ਪਰੇਸ਼ਾਨ ਕਰਨੋਂ ਨਹੀਂ ਹਟਦਾ ਵੀ ਐਸਾ ਹੁੰਦਾ ਬਾਰ ਬਾਰ ਨਹੀਂ ਹਟਦਾ ਆਪਾਂ ਉਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਤੇ ਉਹ ਨਹੀਂ ਹਟਦਾ ਫਿਰ ਕਹਿੰਦੇ ਇੰਨੇ ਵੋਇਦਲ ਵੀ ਨਾ ਬਣੋ ਕਿ ਉਹ ਨਜਾਇਜ਼ ਤੁਹਾਡੇ ਬਾਰੇ ਬਾਰ-ਬਾਰ ਗੱਲ ਕਰੇ ਠੀਕ ਨਹੀਂ ਜੀ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਹਟਦਾ ਹੀ ਨਹੀਂ ਆਪਾਂ ਕਦੀ ਨਹੀਂ ਕਿਹਾ ਕਿਸੇ ਨੂੰ ਕਿਸੇ ਦੇ ਕੋਲੇ ਨਹੀਂ ਮਾਰਾ ਬੋਲੇ ਲੇਕਿਨ ਉਹ ਨਹੀਂ ਹਟਦਾ ਤੇ ਫਿਰ ਤਾਂ ਆਪਾਂ ਕੁਛ ਨਾ ਕੁਝ ਸਮਝਾਵਾਂਗੇ ਨਾ ਕਿੰਨੇ ਵੀ ਇਸ ਕਰਕੇ ਆਪਾਂ ਮਹਾਰਾਜ ਦੀ ਬਾਣੀ ਦੇ ਮੁਤਾਬਕ ਚੱਲਣਾ ਆਪਾਂ ਇਹ ਜਿਆ ਜਨਮ ਦਾ ਇਹ ਮਨੁੱਖਾ ਜਨਮ ਦਾ ਲਾਹਾ ਲੈਣਾ ਤੇ ਲਾਹਾ ਕਿਵੇਂ ਲਿਆ ਜਾਊਗਾ ਪਹਿਲਾਂ ਸਾਨੂੰ ਗੁਰਮੰਤਰ ਧੜਕਣਾ ਪਏਗਾ ਪਹਿਲਾਂ ਸਾਨੂੰ ਵਾਹਿਗੁਰੂ ਗੁਰਮੰਤਰ ਧੜਕਣਾ ਪਏਗਾ ਬਾਰ-ਬਾਰ ਉਹ ਕਿਉਂ ਕਰਨਾ ਪਏਗਾ ਵੀ ਪੌਣ ਦਾ ਸੰਤੁਲਨ ਠੀਕ ਹੋ ਜਾਏ ਪੌਣ ਦਾ ਸੰਤੁਲਨ ਵਿਗੜਿਆ ਹੋਇਆ ਹੈ ਨਾ ਇੱਕ ਜੋ ਸਾਹ ਘੱਟ ਆ ਰਿਹਾ ਇੱਕ ਜੋ ਹਵਾ ਜ਼ਿਆਦਾ ਆ ਰਹੀ ਇਹ ਵਿਗੜਿਆ ਹੈ ਬਰਾਬਰ ਕਰਨ ਵਾਸਤੇ ਆਪਾਂ ਸਮਝ ਜਾਂਦੇ ਆ ਵਾਹ ਜਦੋਂ ਇਹ ਸੰਤੁਲਨ ਵਿਗੜਿਆ ਹੋਇਆ ਹੈ ਠੀਕ ਹੋ ਗਿਆ ਫਿਰ ਸੰਤੁਲਨ ਚੰਦ ਤੇ ਸੂਰਜ ਦਾ ਵਿਗੜਿਆ ਹੋਇਆ ਠੀਕ ਕਰਨਾ ਤੇ ਚੰਦ ਸੂਰਜ ਸਰੀਰ ਵਿੱਚ ਕਿਹੜੇ ਨੇ ਖੱਬੀ ਅੱਖ ਤੇ ਸੱਜੀ ਅੱਖ ਇਹਨਾਂ ਦਾ ਸੰਤੁਲਨ ਠੀਕ ਕਰਨਾ ਇਹ ਦੋਨੇ ਜਿਹੜੇ ਨੇ ਇਹ ਜੋਤ ਸਰੂਪ ਨੇ ਦੋਨੇ ਅੱਖਾਂ ਚੰਦ ਸੂਰਜ ਕੀ ਨੇ ਜੀ ਜੋਤ ਸਰੂਪ ਚੰਦ ਸੂਰਜ ਦੋਇ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰੋ ਰੇ ਗਿਆਨੀ ਬ੍ਰह्मਚਾਰ ਜੋਤੀ ਅੰਤਰ ਪਰਿਆਪਸਾਰ ਹੁਣ ਉਹ ਜਿਹੜੀ ਜੋਤ ਹੈ ਮਨ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹ ਜੋਤ ਇੱਕ ਇਹਨੂੰ ਬੜੇ ਧਿਆਨ ਨਾਲ ਸਮਝਣਾ ਤੇ ਉਹ ਜੋਤ ਦੋ ਹਿੱਸਿਆਂ 'ਚ ਵੰਡੀ ਗਈ ਕਿਹੜੀ ਕਿੱਧਰ ਵੰਡੀ ਗਈ ਅੱਧੀ ਜੋਤ ਐਸ ਅਖ ਚ ਆ ਗਈ ਇੱਥੋਂ ਅੱਧੀ ਐਸ ਅਖ ਚ ਆ ਗਈ ਜੇ ਇਹ ਦੋਨੇ ਜੋਤ ਸਰੂਪ ਨੇ ਤੇ ਫਿਰ ਮਨ ਨੂੰ ਸੁਰਤੀ ਕਹਿੰਦੇ ਆ ਮਨ ਨੂੰ ਕੀ ਕਹਿੰਦੇ ਸੁਰਤ ਫਿਰ ਉਹ ਸੁਰਤ ਅੱਧੀ ਇਧਰ ਆ ਗਈ ਅੱਧੀ ਇਧਰ ਆ ਗਈ ਤੇ ਇਹਨਾਂ ਨੂੰ ਆਪਸ ਵਿੱਚ ਰਲਾ ਦਿਓ ਇਹਨਾਂ ਨੂੰ ਰਲਾ ਦਿਓ ਤੇ ਜਦੋਂ ਤੁਸੀਂ ਰਲਾਓਗੇ ਫਿਰ ਕੀ ਬਣੇਗਾ ਮਨ ਫਿਰ ਕੀ ਬਣੇਗਾ ਮਨ ਤੇ ਮਨ ਨੇ ਫਿਰ ਸਰੀਰ ਰੂਪੀ ਜਿਹੜਾ ਇਹ ਹੈਗਾ ਤੁਹਾਇ ਇਹਨੂੰ ਪਾਰ ਕਰ ਜਾਣਾ ਸ਼ਬਦ ਨੂੰ ਪਕੜ ਕੇ ਇਹ ਫਿਰ ਆਪਾਂ ਬਾਣੇ ਚ ਪੜਦੇ ਆ ਨਾ ਸੁਰਤੀ ਸੁਰਤ ਰਲਾਈਏ ਇਹਤ ਤਨ ਕਰ ਤੁਲਹਾ ਲੰਗੀਏ ਜੀਤ ਕਹਿੰਦੇ ਫਿਰ ਆ ਜਿਹੜਾ ਤਨ ਨਾ ਇਹਨੂੰ ਲੰਘ ਜਾਵਾਂਗੇ ਆਪਾਂ ਮਲਕੀ ਸਰੀਰ ਤੋਂ ਵੱਖ ਹੋ ਜਾਾਂਗੇ ਜਿਵੇਂ ਅੰਤਮ ਸਮੇਂ ਮਰਦੇ ਆ ਨਾ ਆਪਾਂ ਇਧਰ ਲਈ ਪਾਸ ਚ ਮਰਨਾ ਕਹਿ ਦਿੰਦੇ ਆ ਉਦੋਂ ਕੀ ਹੁੰਦਾ ਮਨ ਵੱਖੀ ਹੋ ਜਾਂਦਾ ਨਾ ਸਰੀਰ ਤੋਂ ਵੱਖ ਹੋ ਜਾਂਦਾ ਤੇ ਅਸੀਂ ਜਿਉਂਦੇ ਜੀ ਇਹਨੂੰ ਵੱਖ ਕਰਨਾ ਸਿੱਖ ਲੈਣਾ ਜਿਉਂਦੇ ਜੀ ਸਰੀਰ ਤੋਂ ਵੱਖ ਹੋਣਾ ਆਪਾਂ ਸਿੱਖ ਲੈਣਾ ਤਾਂ ਕਿਵੇਂ ਹੋਣਾ ਕਿੱਡੀ ਆਪਣੇ ਤੇ ਕਿਰਪਾ ਕੀਤੀ ਮਹਾਰਾਜ ਨੇ ਆਪਾਂ ਨੂੰ ਕਿੰਨਾ ਭੇਜ ਦਿੱਤਾ ਤੇ ਉਹ ਤੁਸੀਂ ਬਸ ਦੋਨੇ ਅੱਖਾਂ ਨੂੰ ਮੰਨ ਲੈਣਾ ਵੀ ਮੈਂ ਇੱਕ ਕਰ ਲਿਆ ਮੰਨਣਾ ਇੱਕ ਕਰਕੇ ਸਾਹਮਣੇ ਦੇਖੀ ਜਾਓ ਚਾਹੇ ਅੱਖਾਂ ਖੁੱਲੀਆਂ ਨੇ ਤੇ ਚਾਹੇ ਬੰਦ ਨੇ ਬਸ ਅੱਖਾਂ ਕੋ ਅਕੇ ਫੋਟੋ ਨਹੀਂ ਦੇਖਣੀ ਅੱਖਾਂ ਬੰਦ ਕਰਕੇ ਇੱਥੇ ਕੋਈ ਫੋਟੋ ਨਹੀਂ ਦੇਖਣੀ ਇੱਥੋਂ ਤੱਕ ਗੁਰੂ ਮਹਾਰਾਜ ਦੀ ਵੀ ਫੋਟੋ ਨਹੀਂ ਲੈ ਕੇ ਆਉਣੀ ਠੀਕ ਹੈ ਜੀ ਇਹ ਲੈ ਕੇ ਹੁਣ ਇੱਥੇ ਸੋਨ ਨੂੰ ਲਿਆਉਣਾ ਹੈ ਇਹਦੇ ਵਿੱਚੋਂ ਸਾਨੂੰ ਨਿਰੰਕਾਰ ਜੀ ਮਿਲਣ ਸਾਨੂੰ ਅਕਾਲ ਪੁਰਖ ਮਿਲੇ ਤੇ ਜਦੋਂ ਅਕਾਲ ਪੁਰਖ ਮਿਲਣਗੇ ਫਿਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਚਾਹੁੰਦੇ ਹੋ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਾ ਚਾਹੁੰਦੇ ਹੋ ਜਾਂ ਕਿਸੇ ਭਗਤ ਨੂੰ ਮਿਲਣਾ ਚਾਹੁੰਦੇ ਹੋ ਫਿਰ ਇੱਥੇ ਮਾਲਕ ਨੂੰ ਬੇਨਤੀ ਕਰਨੀ ਸੱਚੇ ਪਾਤਸ਼ਾਹ ਵੀ ਕਿਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾ ਦਿਓ ਤੇ ਉਹ ਫਿਰ ਗੁਰੂ ਨਾਨਕ ਦੇਵ ਜੀ ਐ ਨਹੀਂ ਆਉਣਗੇ ਜਿਵੇਂ ਫੋਟੋ ਆ ਐ ਸੁਣਨਗੇ ਜਿਵੇਂ ਆਪਾਂ ਹਿਲਦੇ-ਜੁਲਦੇ ਆਂ ਇਸ਼ਾਰਾ ਕਰਨਗੇ ਗੱਲਾਂ ਬਤਾਂ ਕਰਨਗੇ ਔਰ ਉਹ ਸੱਚੀ ਆ ਨਾ ਕਿ ਫੋਟੋ ਕੈਲੰਡਰ ਵਾਂਗੂ ਅੱਗੇ ਆਈ ਤੇ ਚਲੀ ਗਈ ਉਹ ਨਹੀਂ ਸੱਚੀ ਆਈਗੀ ਉਹ ਤਾਂ ਮੂਰਤੀ ਪੂਜਾ ਗਈ ਅਸੀਂ ਫੋਟੋ ਨਹੀਂ ਦੇਖਣੀ ਇੱਥੇ ਕਿੰਨੂੰ ਦੇਖਣਾ ਸੁਣਨ ਨੂੰ ਦੇਖਣਾ ਜਦੋਂ ਤੁਸੀਂ ਸੁਣਨ ਨੂੰ ਦੇਖਣ ਦੇ ਆਦੀ ਹੋਗੇ ਜਦੋਂ ਮੌਕਾ ਮਿਲੇ ਅੱਖਾਂ ਬੰਦ ਕਰਕੇ ਇੱਥੇ ਦੇਖੋ ਤੇ ਜਦੋਂ ਜੋਤ ਪ੍ਰਗਟ ਹੋ ਜਾਏ ਫਿਰ ਅੱਖਾਂ ਖੋਲ ਕੇ ਵੀ ਇੱਥੇ ਦੇਖੋ ਫਿਰ ਤੁਹਾਨੂੰ ਅੰਦਰ ਬਾਹਰ ਪਰਪੱਕ ਹੋ ਜਾਏਗਾ ਅੰਦਰ ਬਾਹਰ ਪਰਪੱਕ ਹੋ ਗਿਆ ਅੰਦਰ ਕਿੱਥੇ ਆ ਮਾਲਕ ਤੇ ਬਾਹਰ ਕਿੱਥੇ ਆ ਬਾਹਰ ਆ ਤੇ ਅੰਦਰ ਕਿੱਥੇ ਆ ਨੇਤਰਾਂ ਚ ਅੰਦਰ ਕਿੱਥੇ ਆ ਜੀ ਨੇਤਰਾਂ ਦੇ ਮਨ ਵਿੱਚ ਕਿੱਥੇ ਜੀ ਮਨ ਵਿੱਚ ਆਪਾਂ ਬਾਣੀ ਦੇ ਵਿੱਚ ਪੜਦੇ ਆ ਨਾ ਵੀ ਇਹ ਮਨ ਮੰਦਰ ਤਨ ਇਹਨਾਂ ਜੇ ਮਨ ਮੰਦਰਾ ਤੇ ਮਾਲਕ ਹੀ ਆਊਗਾ ਨਾ ਮੰਦਰ ਵਿੱਚ ਮੰਦਰ ਚ ਕੌਣ ਆਉਂਦਾ ਜੀ ਮਲ ਕੀ ਹੁੰਦਾ ਨਾ ਮਨ ਮੰਦਰ ਤਨ ਵੇਸ ਕਲੰਦਰ ਘਾਤੀ ਹੀ ਟੀਟ ਨਾਮ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਤ ਜਨਮ ਨ ਆਵਾਂ ਹੁਣ ਦੇਖੋ ਮਹਾਰਾਜ ਦੀ ਬਾਣੀ ਆਪਾਂ ਪੜਦੇ ਆ ਕਿੰਨੇ ਲੋਕ ਆਪ ਵੀ ਭਲੇਖੇ ਵਿੱਚ ਨੇ ਤੇ ਸਾਨੂੰ ਵੀ ਭਲੇਖੇ ਚ ਪਾ ਲੈਂਦੇ ਆ ਆਮ ਪਬਲਿਕ ਆਪਾਂ ਸਾਨੂੰ ਮਲ ਕੀ ਆਪਾਂ ਪਬਲਿਕ ਦੀ ਗੱਲ ਹੀ ਕਰਦੇ ਆ ਸਾਰਿਆਂ ਨੇ ਭਲੇਖੇ